ਹੈਲੋ एवरीवन मोस्ट वेलकम ਟੂ आवर ਚੈਨਲ ਪੀਐਸਟੈਟ ਐਂਡ ਸੀਟੈਟ ਪ੍ਰੈਪਰੇਸ਼ਨ ਜੇ ਤੁਸੀਂ ਵੀ ਪ੍ਰੈਪਰੇਸ਼ਨ ਕਰ ਰਹੇ ਹੋ ਪੀਐਸਟੈਟ ਦੇ ਲਈ ਜਾਂ ਸੀਟੈਟ ਦੇ ਲਈ ਤਾਂ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਇਹ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਹੈ ਅੱਜ ਆਪਾਂ ਡਿਸਕਸ ਕਰਨ ਵਾਲੇ ਆ ਨੰਬਰ ਸਿਸਟਮ ਦੀ ਅੱਗੇ ਕੁਝ ਟਾਈਪਸ ਨੂੰ ਦੇਖੋ ਜੋ ਪ੍ਰੀਵियस ਵੀਡੀਓ ਐ ਦੇ ਵਿੱਚ ਤੁਹਾਨੂੰ ਨੰਬਰ ਸਿਸਟਮ ਦੀਆਂ ਟਾਈਪਸ ਦੇਖਣ ਨੂੰ ਮਿਲਣਗੀਆਂ ਬਿਲਕੁਲ ਆਪਾਂ ਡਿਟੇਲ ਦੇ ਵਿੱਚ ਡਿਸਕਸ ਉਹਨਾਂ ਨੂੰ ਕਰ ਚੁੱਕੇ ਆ ਅੱਜ ਥੋੜਾ ਅੱਗੇ ਵਧਦੇ ਆ ਅੱਗੇ ਹੋਰ ਕੁਝ ਟਾਈਪਸ ਨੇ ਜਿਨ੍ਹਾਂ 'ਚ ਸਾਡੇ ਕੋਲ ਕੁਝ ਅ ਅ ਜਿਵੇਂ ਮਿਕਸ ਫ੍ਰੈਕਸ਼ਨ ਇਰੈਸ਼ਨਲ ਨੰਬਰਸ ਉਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਅੱਜ ਦਾ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਹਾਲ ਤੱਕ ਤੁਸੀਂ ਪ੍ਰੀਵਿਅਸ ਵੀਡੀਓ ਨੂੰ ਕੰਪਲੀਟਲੀ ਨਹੀਂ ਦੇਖਿਆ ਤਾਂ ਜ਼ਰੂਰ ਦੇਖੋ ਅ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਔਰ ਇਸ ਤੋਂ ਇਲਾਵਾ ਜੋ ਫਰਸਟ ਵੀਡੀਓ ਹੈ ਉਸ ਦੇ ਵਿੱਚ ਅਪਾ ਡਿਸਕਸ ਕੀਤਾ ਸੀ ਸਿਲੇਬਸ ਨੂੰ ਮੈਂ ਚਾਹਾਂਗੇ ਪਾਲਾ ਸਿਲੇਬਸ ਦੇ ਪ੍ਰਤੀ ਜੋ ਵੀ ਤੁਹਾਡੇ ਡਾਊਟਸ ਨੇ ਉਹਨਾਂ ਨੂੰ ਵੀ ਤੁਸੀਂ ਕਲੀਅਰ ਕਰ ਲਵੋ ਸਾਰੀਆਂ ਦੀਆਂ ਸਾਰੀਆਂ ਵੀਡੀਓਸ ਤੁਹਾਨੂੰ ਆਈ ਬਟਨ ਦੇ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦਾ ਜੋ ਲਿੰਕ ਹੈ ਤੁਹਾਨੂੰ ਅਵੇਲੇਬਲ ਇਸ ਤੋਂ ਇਲਾਵਾ ਇੱਕ ਐਡੀਸ਼ਨਲ ਇਨਫੋਰਮੇਸ਼ਨ ਹੈ ਕਿ ਜੇਕਰ ਤੁਸੀਂ ਪੀਐਸਟੈਟ ਤੇ ਸੀਟੈਟ ਦੇ ਫੁੱਲ ਕੋਰਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਹਰ ਇੱਕ ਸਿਲੇਬਸ ਦਾ ਜੋ ਫੁੱਲ ਫ੍ਰੀ ਪਲੇਲਿਸਟ ਹੈ ਹਰ ਇੱਕ ਪੂਰਾ ਕੰਪਲੀਟ ਸਿਲੇਬਸ ਹੈ ਉਹ ਤੁਹਾਨੂੰ ਸਾਡੇ ਚੈਨਲ ਤੇ ਨਜ਼ਰ ਆਏਗਾ ਕਲੀਅਰ ਤਾਂ ਪੀਐਸਟੈਟ ਦੇ ਲਈ ਤੇ ਸੀਟੈਟ ਲਈ ਡਿਫਰੈਂਟ ਡਿਫਰੈਂਟ ਜਿਹੜੇ ਸੈਸ਼ਨਸ ਨੇ ਉਹ ਤਿਆਰ ਕਰ ਦਿੱਤੇ ਗਏ ਨੇ ਕੰਟੀਨਿਊਸਲੀ ਤੁਹਾਡਾ ਸਿਲੇਬਸ ਚੱਲ ਰਿਹਾ ਤੁਸੀਂ ਚਾਹੋ ਤਾਂ ਪ੍ਰੈਪਰੇਸ਼ਨ ਕਰ ਸਕਦੇ ਹੋ ਅੱਗੇ ਵਧਿਆ ਕੱਲ ਆਪਾਂ ਕੀ ਡਿਸਕਸ ਕੀਤਾ ਸੀ ਦੇਖੋ ਜੋ ਪ੍ਰੀਵियस ਵੀਡੀਓ ਸੀ ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਆਪਾਂ ਸਟਾਰਟਿੰਗ ਤੋਂ ਬਿਲਕੁਲ ਬੇਸਿਕ ਤੋਂ ਸਟਾਰਟ ਕੀਤਾ ਸੀ ਕਿ ਡਿਜੀਟ ਕੀ ਹੁੰਦਾ ਹੈ ਨੰਬਰ ਕੀ ਹੁੰਦਾ ਹੈ ਹਾਲ ਨੰਬਰਸ ਕੀ ਹੁੰਦੇ ਹਨ ਨੈਚੁਰਲ ਨੰਬਰਸ ਕੀ ਹੁੰਦੇ ਹਨ ਈਵਨ ਨੰਬਰਸ ਆਰ ਨੰਬਰਸ ਦੇਖੋ ਇਹ ਸਭ ਕੁਝ ਆਪਾਂ ਡਿਸਕਸ ਕਰ ਚੁੱਕੇ ਆ ਪ੍ਰੀਵियस ਵੀਡੀਓ ਦੇ ਵਿੱਚ ਇਹ ਸਭ ਕੁਝ ਹੋ ਚੁੱਕਿਆ ਹੈ ਅੱਗੇ ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀ ਈਵਨ ਨੰਬਰਸ ਕੀ ਹੁੰਦੇ ਹਨ ਆਰਡ ਨੰਬਰਸ ਕਿਹੜੇ-ਕਿਹੜੇ ਹੁੰਦੇ ਹਨ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਕਿ ਈਵਨ ਤੇ ਆਰਡ ਦੇ ਵਿੱਚ ਕੀ ਫਰਕ ਹੈ ਠੀਕ ਹੈ integers ਕੀ ਹੁੰਦੇ ਹਨ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਪਰਜੈਂਟ ਕੀਤਾ ਜਾਂਦਾ ਹੈ ਡੈਸੀਮਲ ਕੀ ਹੁੰਦੇ ਹਨ ਇਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀ ਕਿ ਰੈਸ਼ੀਅਲ ਨੰਬਰਸ ਕਿਹੜੇ ਹੁੰਦੇ ਹਨ ਜੋ ਕਿ ਬਹੁਤ ਇੰਪੋਰਟੈਂਟ ਪਾਰਟ ਰੱਖਦੇ ਨੇ ਕਿਤਨਾ ਕਿਤੇ ਨੰਬਰ ਸਿਸਟਮ ਦੇ ਵਿੱਚ ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀ ਫ੍ਰੈਕਸ਼ਨਲ ਨੰਬਰ ਕੀ ਹੁੰਦੇ ਹਨ ਰੈਸ਼ੀਅਲ ਨੰਬਰ ਤੇ ਫ੍ਰੈਕਸ਼ਨਲ ਦੇ ਵਿੱਚ ਜੋ ਡਿਫਰੈਂਸ ਹੈ ਉਹਨੂੰ ਆਪਾਂ ਡਿਟੇਲ ਦੇ ਵਿੱਚ ਕਵਰ ਕਰ ਚੁੱਕੇ ਹਾਂ ਅੱਜ ਥੋੜਾ ਅੱਗੇ ਵਧਾਂਗੇ ਇਹ ਸਾਰਾ ਆਪਾਂ ਪ੍ਰੀਵੀਅਸ ਵੀਡੀਓਜ਼ ਕਵਰ ਕਰ ਚੁੱਕੇ ਹਾਂ ਅੱਜ ਅਪਾ ਥੋੜਾ ਅੱਗੇ ਦੇਖਦੇ ਆ ਇਸ ਤੋਂ ਬਾਅਦ ਬਲੀਆਂ ਜੋ ਟਾਈਪਸ ਨੇ ਉਹਨਾਂ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਦੇ ਆ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਜੋ ਨਜ਼ਰ ਆ ਰਿਹਾ ਉਹ ਮਿਕਸ ਫ੍ਰਿਕਸ਼ਨ ਹੈ ਆਪਾਂ ਹੁਣ ਯੂਨੀਫ੍ਰਿਕਸ਼ਨ ਨੂੰ ਕਵਰ ਕਰਕੇ ਹਟਿਆ ਫ੍ਰੈਕਸ਼ਨ ਮੈਨੇ ਤੁਹਾਨੂੰ ਕੀ ਦੱਸਿਆ ਸੀ ਫ੍ਰਿਕਸ਼ਨ ਉਹ ਹੁੰਦੀ ਹੈ ਜਿਹਦੇ ਵਿੱਚ ਜੋ ਨਿਊਮਿਨੇਟਰ ਹੁੰਦਾ ਮਤਲਬ ਜੋ ਉੱਪਰ ਵਾਲਾ ਨੰਬਰ ਹੁੰਦਾ ਉਹ ਨੀਚੇ ਵਾਲੇ ਨੰਬਰ ਤੋਂ ਕੀ ਹੁੰਦਾ ਹਮੇਸ਼ਾ ਛੋਟਾ ਹੁੰਦਾ ਮਤਲਬ ਉਸ ਤੋਂ ਗ੍ਰੇਟਰ ਕਦੇ ਵੀ ਪੋਸੀਬਲ ਨਹੀਂ ਹੈ ਕਿਉਂਕਿ ਫ੍ਰੈਕਸ਼ਨ ਦਾ ਮਤਲਬ ਹੁੰਦਾ ਆਪਾਂ ਕਿਸੇ ਚੀਜ਼ ਨੂੰ ਉਹਨਾਂ ਪਾਰਟਸ ਦੇ ਵਿੱਚ ਡਿਵਾਈਡ ਕਰ ਰਹੇ ਆ ਜਿਵੇਂ ਕਿ ਮੈਂ ਤੁਹਾਨੂੰ ਪੀਜ਼ਾ ਦੀ ਐਗਜ਼ਾਮਪਲ ਲੈ ਕੇ ਦੱਸਿਆ ਸੀ ਰਾਈਟ ਤੇ ਹੁਣ ਅਗਰ ਆਪਾਂ ਮਿਕਸ ਫ੍ਰੈਕਸ਼ਨ ਦੀ ਗੱਲ ਕਰੀਏ ਮਿਕਸ ਫ੍ਰੈਕਸ਼ਨ ਦੇ ਵਿੱਚ ਕੀ ਹੁੰਦਾ ਜੀ ਮਿਕਸ ਫ੍ਰੈਕਸ਼ਨ ਉਹ ਹੁੰਦੀ ਹੈ ਜਿਹਨੂੰ ਆਪਾਂ ਕੁਝ ਇਸ ਤਰੀਕੇ ਨਾਲ ਰਿਪਰਜੈਂਟ ਕਰਦੇ ਆ ਠੀਕ ਹੈ ਮਿਕਸ ਫ੍ਰੈਕਸ਼ਨ ਉਹ ਹੁੰਦੀ ਹੈ ਜਦੋਂ ਆਪਣੇ ਕੋਲ ਕੋਈ ਨੰਬਰ ਪ੍ਰੋਪਰ ਡਿਵਾਈਡ ਨਹੀਂ ਹੁੰਦਾ ਤਾਂ ਉਹਨਾਂ ਆਪਾਂ ਕੁਝ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਜਿਦੇ ਵਿੱਚ ਨਿਸ਼ਚਿਤ ਆਪਣੇ ਕੋਲ ਕੀ ਹੁੰਦਾ ਹੈ ਡਿਵਾਈਜ਼ਰ ਹੁੰਦਾ ਹੈ ਇਹ ਆਪਣੇ ਕੋਲ ਕੀ ਹੁੰਦਾ ਜੀ ਕੁਸ਼ੈਂਟ ਹੁੰਦਾ ਔਰ ਇਹਦੇ ਆਪਣੇ ਕੋਲ ਕੀ ਦੇਖਾ ਨੂੰ ਮਿਲਦਾ ਆਪਾਂ ਉਹਨੂੰ ਰਿਮਾਈਂਡਰ ਦੇਖਾ ਨੂੰ ਮਿਲਦਾ ਇਹਨੂੰ ਪੂਰਾ ਅਗਰ ਆਪਾਂ ਦੇਖੀਏ ਜਿਵੇਂ ਕਿ ਤੁਹਾਡੇ ਕੋਲ ਐਗਜ਼ਾਮਪਲ ਹੈ 1 1/2 ਜੇਕਰ ਮੈਂ ਇਹਨੂੰ ਸੋਲਵ ਕਰਾਂਗੀ ਤਾਂ ਮੇਰੇ ਕੋਲ ਕੀ ਬਣ ਜਾਏਗਾ ਇਸ ਨੂੰ ਆਪਾਂ ਸੋਲਵ ਕਿਸ ਤਰੀਕੇ ਨਾਲ ਕਰਦੇ ਆਂ ਦੇਖੋ ਇਸ ਨੂੰ ਆਪਾਂ ਸੋਲਵ ਕਰਦੇ ਹੁੰਦੇ ਆ ਜੋ ਇਹ ਵਾਲੇ ਦੋ ਨੰਬਰ ਹੁੰਦੇ ਆ ਨਾ ਇਹਨਾਂ ਨੂੰ ਆਪਾਂ ਮਲਟੀਪਲਾਈ ਕਰਦੇ ਹੁੰਦੇ ਆ 2 1 ਮਲਟੀਪਲਾਈ ਕਰਕੇ ਜੋ ਵੀ ਅਨਸਰ ਆਉਂਦਾ ਉਹਦੇ ਵਿੱਚ ਉੱਪਰ ਵਾਲਾ ਜੋ ਨੰਬਰ ਹੈ ਉਹਨੂੰ ਕੀ ਕਰ ਦਿੱਤਾ ਜਾਂਦਾ ਜੀ ਐਡ ਕਰ ਦਿੱਤਾ ਜਾਂਦਾ ਹੈ 1 ਇਸ ਤਰੀਕੇ ਨਾਲ ਤਾਂ ਇਹਨਾਂ ਨੂੰ ਅਗਰ ਆਪਾਂ ਮਲਟੀਪਲਾਈ ਕਰਾਂਗੇ ਤਾਂ 2 ਆਏਗਾ 1 ਕਰਾਂਗੇ ਤਾਂ ਕਿੰਨਾ ਆ ਜਾਏਗਾ 3 ਆ ਜਾਏਗਾ ਮਤਲਬ ਮੇਰੇ ਕੋਲ ਉੱਪਰ ਕੀ ਆਏਗਾ 3 ਔਰ ਡਿਨੋਮੀਨੇਟਰਸ ਕੋਈ ਚੇਂਜ ਨਹੀਂ ਆਉਂਦਾ ਹੁੰਦਾ ਡਿਨੋਮੀਨੇਟਰ ਜੋ ਹੈ ਆਪਣੇ ਕੋਲ ਉਹੀ ਸੇਮ ਰਹਿੰਦਾ ਹੁੰਦਾ ਠੀਕ ਹੈ ਹੁਣ ਇੱਥੇ ਤੁਸੀਂ ਇੱਕ ਚੀਜ਼ ਦੇਖ ਪਾ ਰਹੇ ਹੋ ਮੈਂ ਤੁਹਾਨੂੰ ਦੱਸਿਆ ਸੀ ਕਿ ਫ੍ਰੈਕਸ਼ਨ ਦੇ ਵਿੱਚ ਕੀ ਹੁੰਦਾ ਜੋ ਆਪਣੇ ਕੋਲ ਨਿਊਮੀਨੇਟਰ ਹੁੰਦਾ ਉਹ ਲਾਰਜੇਸਟ ਨੀ ਹੁੰਦਾ ਵੱਡਾ ਨਹੀਂ ਹੁੰਦਾ ਕਿਤੋਂ ਵੱਡਾ ਨਹੀਂ ਹੁੰਦਾ ਡਿਨੋਮੀਨੇਟਰ ਤੋਂ ਪਰ ਇੱਥੇ ਆਪਾਂ ਨੂੰ ਦਿਖ ਰਿਹਾ ਕਿ ਜੋ 3/2 ਹੈ ਉਹਦੇ ਵਿੱਚ ਜੋ ਡਿਨੋਮੀਨੇਟਰ ਹੈ ਉਹ ਛੋਟਾ ਹੈ ਔਰ ਜੋ ਨਿਊਮੀਨੇਟਰ ਹੈ ਉਹ ਵੱਡਾ ਮਤਲਬ ਉੱਪਰ ਵਾਲੀ ਸੰਖਿਆ ਜੋ ਵੱਡੀ ਹੈ ਔਰ ਨੀਚੇ ਵਾਲੀ ਸੰਖਿਆ ਜੋ ਛੋਟੀ ਹੈ ਇਸੇ ਕਰਕੇ ਇਸ ਨੂੰ ਤੋੜ ਦਿੱਤਾ ਜਾਂਦਾ ਹੈ ਫ੍ਰੈਕਸ਼ਨ ਦੇ ਵਿੱਚ ਆਪਾਂ ਨੇ ਕੋਲ ਇਸ ਤਰੀਕੇ ਨਾਲ ਉਸ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਠੀਕ ਹੈ ਦੁਬਾਰਾ ਦੱਸ ਰਹੀ ਹਾਂ ਜਿਵੇਂ ਕਿ ਹੁਣ ਤੁਹਾਡੇ ਕੋਲ ਇੱਥੇ ਕੋਈ ਔਰ ਐਗਜ਼ਾਮਪਲ ਲੈ ਲਓ ਜਿਵੇਂ ਕਿ ਤੁਹਾਡੇ ਕੋਲ ਇਹ ਚੀਜ਼ ਹੈ ਇਹਨੂੰ ਆਪਾਂ ਸਿੰਪਲ ਫ੍ਰੈਕਸ਼ਨ ਚ ਕਿੱਦਾਂ ਕਨਵਰਟ ਕਰਾਂਗੇ ਪਹਿਲਾ ਜੋ ਨੀਚੇ ਵਾਲੇ ਨੰਬਰਸ ਨੇ ਸਾਈਡ ਵਾਲਾ ਨੰਬਰ ਉਹ ਨੀਚੇ ਵਾਲਾ ਨੰਬਰ ਇਹਨਾਂ ਦੀ ਮਲਟੀਪਲਾਈ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਜੋ ਉੱਪਰ ਵਾਲਾ ਨੰਬਰ ਹੈ ਉਹਨੂੰ ਕਰਕੇ ਕੀ ਕਰ ਦਿੱਤਾ ਜਾਂਦਾ ਐਡ ਕਰ ਦਿੱਤਾ ਜਾਂਦਾ ਔਰ ਡਿਨੋਮੀਨੇਟਰ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ ਦੇਖੋ ਡਿਨੋਮੀਨੇਟਰ ਬਿਲਕੁਲ ਐਜ਼ ਇਟ ਇਜ਼ ਰਹੇਗਾ ਜਿਵੇਂ ਪਹਿਲਾਂ ਸੀ 3 ਸੀ ਹੁਣ ਵੀ ਡਿਨੋਮੀਨੇਟਰ ਤੁਹਾਡੇ ਕੋਲ 3 ਹੀ ਰਹੇਗਾ ਉੱਪਰ ਵਾਲਾ ਨੰਬਰ ਆਪਨੇ ਕੋਲ ਕਿੱਦਾਂ ਆਏਗਾ ਇਹਨਾਂ ਦੀ ਮਲਟੀਪਲਾਈ ਔਰ ਉੱਪਰ 2 ਐਡ ਹੋ ਜਾਏਗਾ ਹੁਣ ਇਹਨਾਂ ਨੂੰ ਜਦੋਂ ਮਲਟੀਪਲਾਈ ਕਰਾਂਗੇ ਕੀ ਆ ਗਿਆ ਉਦੇ ਵਿੱਚ ਕੀ ਐਡ ਕਰਨਾ ਹੈ 2 ਤਾਂ ਮੇਰੇ ਕੋਲ ਕਿੰਨਾ ਆ ਜਾਏਗਾ 14 ਠੀਕ ਹੈ ਹੁਣ ਮੇਰੇ ਕੋਲ 14/3 ਆ ਗਿਆ 14/3 ਇਹਨੂੰ ਜੇਕਰ ਦੇਖਿਆ ਜਾਵੇ ਮੈਂ ਕਿਤੇ ਨਾ ਕਿਤੇ ਫ੍ਰੈਕਸ਼ਨ ਨਹੀਂ ਕਹਿ ਸਕਦੀ ਫ੍ਰੈਕਸ਼ਨ ਕਿਉਂ ਨਹੀਂ ਕਹਿ ਸਕਦੀ ਕਿਉਂਕਿ ਇਹਦੇ ਵਿੱਚ ਜੋ ਫ੍ਰੈਕਸ਼ਨ ਦੀ ਕੰਡੀਸ਼ਨ ਹੈ ਉਹ ਸੈਟੀਸਫਾਈ ਨਹੀਂ ਹੁੰਦੀ ਉਹ ਕਿਉਂ ਨਹੀਂ ਸੈਟੀਸਫਾਈ ਹੁੰਦੀ ਕਿਉਂਕਿ ਇਹਦੇ ਵਿੱਚ ਜੋ ਉੱਪਰ ਵਾਲੀ ਸੰਖਿਆ ਹੈ ਮਤਲਬ ਨਿਊਮਿਨੇਟਰ ਹੈ ਉਹ ਵੱਡਾ ਹੈ ਕਿਦੇ ਤੋਂ ਡਿਨੋਮੀਨੇਟਰ ਤੋਂ ਤੇ ਜੇਕਰ ਮੈਂ ਇਹਨੂੰ ਫ੍ਰੈਕਸ਼ਨ ਦੇ ਫਾਰਮ ਦੇ ਵਿੱਚ ਲਿਖਣਾ ਚਾਹਨੀ ਆ ਤਾਂ ਮੈਂ ਇਹਨੂੰ ਕਿੱਦਾਂ ਲਿਖਾਂਗੀ ਇਨਫੈਕਸ਼ਨ ਦੀ ਫਾਰਮ ਦੇ ਵਿੱਚ ਲਿਖਣ ਲਈ ਇਹਨਾਂ ਨੂੰ ਕੀ ਕਰਨਾ ਪੈਣਾ ਹੈ ਡਿਵਾਈਡ ਕਰਨਾ ਪੈਣਾ ਹੈ ਡਿਵਾਈਡ ਕਿਵੇਂ ਕਰਾਂਗੇ ਜੀ ਆਪਾਂ ਉੱਪਰ ਵਾਲਾ ਨੰਬਰ ਕੋਈ ਫਰਕ ਨਹੀਂ ਪੈਂਦਾ ਮੋਸਟਲੀ ਆਪਣੇ ਮਾਈਂਡ ਦੇ ਵਿੱਚ ਇਦਾਂ ਹੁੰਦਾ ਕਿ ਜੋ بڑا ਨੰਬਰ ਹੁੰਦਾ ਉਹਨੂੰ ਅੰਦਰ ਲਿਖੋ ਜੋ ਛੋਟਾ ਨੰਬਰ ਹੁੰਦਾ ਉਹਨੂੰ ਬਾਹਰ ਲਿਖੋ ਇਦਾਂ ਕਦੇ ਵੀ ਨਹੀਂ ਹੁੰਦਾ ਜਦੋਂ ਵੀ ਤੁਹਾਡੇ ਕੋਲ ਇਸ ਤਰੀਕੇ ਨਾਲ ਪੀ ਬਾਈ ਕਿਉ ਦੀ ਫਾਰਮ ਦੇ ਵਿੱਚ ਨੰਬਰ ਹੋਣ ਤਾਂ ਤੁਸੀਂ ਕੀ ਕਰਨਾ ਹੁੰਦਾ ਹਮੇਸ਼ਾ ਹੀ ਉੱਪਰ ਵਾਲਾ ਨੰਬਰ ਅੰਦਰ ਆਉਂਦਾ ਔਰ ਨੀਚੇ ਵਾਲਾ ਨੰਬਰ ਮਤਲਬ ਡਿਨੋਮੀਨੇਟਰ ਬਾਹਰ ਆਉਂਦਾ ਹੈ ਅਗਰ ਤੁਹਾਡੇ ਕੋਲ ਡਿਨੋਮੀਨੇਟਰ ਵੱਡਾ ਹੈ और निोमीनेटर छोटा है तभी तो बिल्कुल यही चीज़ करोंगे डिनोमीनेटर डिवाइजर की जगह पर रखोगे और डिनोमीनेटर डिविडेंड की जगह पर हूँ इन अगर आप डिस्कस करिए अगे तो थ्री नगर आप देखते तो सब तो पहले कितने जाएगा डिवाइड करा प्रोपरली ये चीज़ बन जाएगी ठीक है जी हूँ इन आप तरीके रिप्रजेंट कर सकते हैं मेरे को डिवाइड करके यही आ गया ਹੁਣ ਮੈਨੂੰ ਸਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜੋ ਕੁਸ਼ੀਐਂਟ ਹੈ ਉਹਦੇ ਵਿੱਚ ਤਾਂ ਕੋਈ ਚੇਂਜ ਹੀ ਨਹੀਂ ਆਣਾ ਪਹਿਲਾਂ ਵੀ ਮੇਰੇ ਕੋਲ ਕਿਸੀ 14/3 ਸੀਗਾ ਮੈਂ نیچے 3 ਹੀ ਰੱਖਾਂਗੇ ਠੀਕ ਹੈ ਔਰ ਜੋ ਆਪਣੇ ਕੋਲੇ ਰਿਮਾਈਂਡਰ ਹੁੰਦਾ ਉਹਨੂੰ ਆਪਾਂ ਹਮੇਸ਼ਾ ਕਿੱਧਰ ਲਿਖਦੇ ਹਾਂ ਜੀ ਸਾਈਡ ਤੇ ਔਰ ਜੋ ਆਪਣੇ ਕੋਲੇ ਅ ਅਨਸਰ ਆਂਦਾ ਉਹ ਆਪਣੇ ਕੋਲ ਕਿੱਥੇ ਹੁੰਦਾ ਹੈ ਜੀ ਉੱਪਰ ਹੁੰਦਾ ਹੈ ਦੇਖੋ ਬਿਲਕੁਲ ਪਹਿਲਾ ਵਾਲੀ ਫ੍ਰੈਕਸ਼ਨ ਬਣ ਗਈ ਠੀਕ ਹੈ ਸੋਰੀ ਇਹਦੇ ਵਿੱਚ ਜੋ ਰਿਮਾਈਂਡਰ ਹੈ ਉਹਨੂੰ ਆਪਾਂ ਹਮੇਸ਼ਾ ਉੱਪਰ ਰੱਖਦੇ ਹਾਂ ਮੇਰੇ ਤੋਂ ਥੋੜੀ ਜਿਹੀ ਗਲਤੀ ਹੋ ਗਈ ਇਹਦੇ ਵਿੱਚ ਕਰਾਂਗੇ ਜੋ ਆਪਣੇ ਕੋਲ ਕੁਸ਼ੈਂਟ ਹੁੰਦਾ ਹੈ ਉਹ ਸਾਈਡ ਤੇ ਹੁੰਦਾ ਹੈ ਠੀਕ ਹੈ ਮਤਲਬ ਜੋ ਆਪਣੇ ਕੋਲ ਆਨਸਰ ਆਏਗਾ ਕੁਸ਼ੈਂਟ ਨਹੀਂ ਕਰਾਂਗੇ ਜੋ ਆਪਣੇ ਕੋਲ ਹਾਂਜੀ ਕੁਸ਼ੈਂਟ ਆਏਗਾ ਆਨਸਰ ਆਏਗਾ ਆਪਣੇ ਕੋਲ ਕੀ ਹੋਏਗਾ 4 ਰਿਮਾਈਂਡਰ ਕੀ ਹੋਏਗਾ 2 ਔਰ ਡਿਵੀਜ਼ਰ ਕੀ ਹੈ ਜੀ ਆਪਣੇ ਕੋਲੇ 3 ਤੇ ਕੁਛ ਇਸ ਤਰੀਕੇ ਨਾਲ ਇਸ ਨੂੰ ਆਪਾਂ ਮਿਕਸ ਫ੍ਰੈਕਸ਼ਨ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਦੇਖੋ ਮਿਕਸ ਫ੍ਰੈਕਸ਼ਨ ਇੰਨੀ ਕਿ ਇੰਪੋਰਟੈਂਟ ਨਹੀਂ ਹੈ ਬਸ ਤੁਹਾਨੂੰ ਇੱਕ ਫ੍ਰੈਕਸ਼ਨ ਤੋਂ ਮਿਕਸ ਫ੍ਰੈਕਸ਼ਨ ਬਣਾਨੀ ਔਰ ਇੱਕ ਮਿਕਸ ਫ੍ਰੈਕਸ਼ਨ ਤੋਂ ਸਿੰਪਲ ਫ੍ਰੈਕਸ਼ਨ ਬਣਾਣੀ ਆਣੀ ਚਾਹੀਦੀ ਹੈ ਇਹ ਦੋ ਜੁੱਝਾ ਤੁਹਾਨੂੰ ਆਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਆਪਾਂ ਇਹਨੂੰ ਜ਼ਿਆਦਾ ਯੂਜ਼ ਨਹੀਂ ਕਰਦੇ ਕੁਐਸਚਨਸ ਵਿੱਚ ਕਈ ਵਾਰੀ ਆ ਜਾਂਦੀਆਂ ਮਿਕਸ ਫ੍ਰੈਕਸ਼ਨ ਵਾਲੇ ਸਮ ਤਾਂ ਉੱਥੇ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਉਹ ਚੀਜ਼ ਨਹੀਂ ਆਪਾਂ ਨੂੰ ਹੋਣੀ ਚਾਹੀਦੀ ਕਲੀਅਰ ਤਾਂ ਦੁਬਾਰਾ ਦੱਸ ਦਿਆਂ ਮਿਕਸ ਫ੍ਰੈਕਸ਼ਨ ਤੋਂ ਸਿੰਪਲ ਫ੍ਰੈਕਸ਼ਨ ਦਾ ਬਿਲਕੁਲ ਸਿੰਪਲ ਹੈ ਇਹਨਾਂ ਦੇ ਮਲਟੀਪਲਾਈ ਦੇ ਵਿੱਚ ਇਹਨੂੰ ਐਡ ਕਰ ਦੇਵਾਂਗੇ ਔਰ ਅਗਰ ਆਪਾਂ ਨੇ ਇਸ ਨੂੰ ਕਨਵਰਟ ਕਰਨਾ ਹੈ ਤਾਂ ਇਹਨਾਂ ਦੋਨਾਂ ਦਾ ਡਿਵਾਈਡ ਕੀਤਾ ਜਾਏਗਾ ਡਿਵਾਈਡ ਕਰਕੇ ਇਹਦੇ ਵਿੱਚ ਕੋਈ ਚੇਂਜ ਨਹੀਂ ਆਏਗਾ ਇਹ ਐਸ ਇਟ ਜੋ ਉੱਪਰ ਵਾਲਾ ਨੰਬਰ ਹੁੰਦਾ ਹੈ ਇਹ ਹਮੇਸ਼ਾ ਆਪਣੇ ਕੋਲ ਕੀ ਹੁੰਦਾ ਹੈ ਰਿਮਾਈਂਡਰ ਹੁੰਦਾ ਹੈ ਔਰ ਇਹ ਵਾਲਾ ਨੰਬਰ ਕੀ ਹੁੰਦਾ ਜੀ ਆਪਣੇ ਕੋਲ ਹਮੇਸ਼ਾ ਕੁਸ਼ੈਂਟ ਹੁੰਦਾ ਹੈ ਅੱਗੇ ਵਧਦੇ ਆ ਅੱਗੇ ਹੈ ਤੁਹਾਡੇ ਕੋਲ ਸਾਹਮਣੇ ਇਰੈਸ਼ਨਲ ਨੰਬਰ ਇਰੈਸ਼ਨਲ ਨੰਬਰ ਕੀ ਹੁੰਦਾ ਹੈ ਅਪਰमेय ਸੰਖਿਆ ਦੇਖੋ ਇਰੈਸ਼ਨਲ ਨੰਬਰ ਦੀ ਇੱਥੇ ਗੱਲ ਕਰ ਰਿਹਾ ਜਿਹੜਾ ਆਪਣਾ ਨੰਬਰ ਸਿਸਟਮ ਹੈ ਪੂਰਾ ਦਾ ਪੂਰਾ ਉਹ ਦੋ ਨੰਬਰਾਂ ਤੋਂ ਮਿਲ ਕੇ ਬਣਿਆ ਕਿਹੜੇ ਕਿਹੜੇ ਦੋ ਨੰਬਰਾਂ ਤੋਂ ਮਿਲ ਕੇ ਬਣਿਆ ਰੈਸ਼ਨਲ ਤੋਂ ਤੇ ਇਰੈਸ਼ਨਲ ਤੋਂ ਜੇਕਰ ਮੈਂ ਇਹਨਾਂ ਦੋਨਾਂ ਨੂੰ ਮਿਲਾ ਦਾਂ ਤਾਂ ਮਿਲ ਕੋ ਸਾਰੇ ਦੇ ਸਾਰੇ ਰੀਅਲ ਨੰਬਰਸ ਆ ਜਾਣਗੇ ਠੀਕ ਹੈ ਰੀਅਲ ਨੰਬਰ ਮਤਲਬ ਹਰ ਤਰੀਕੇ ਦਾ ਨੰਬਰ ਜੋ ਰੀਅਲ ਹੈ ਮਤਲਬ ਜੋ ਨੰਬਰ ਸਿਸਟਮ ਦੇ ਵਿੱਚ ਹੈ ਅੱਗੇ ਅਗਰ ਆਪਾਂ ਗੱਲ ਕਰੀਏ ਇਰੈਸ਼ਨਲ ਨੰਬਰ ਬਾਰੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਈਵਨ ਤੇ ਔਡ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਨੇ ਉਸੀ ਤਰੀਕੇ ਨਾਲ ਰੈਸ਼ਨਲ ਤੇ ਇਰੈਸ਼ਨਲ ਵੀ ਇੱਕ ਦੂਸਰੇ ਦੇ ਓਪੋ ਹੀ ਮੰਨੇ ਜਾਂਦੇ ਨੇ ਉਹ ਸਾਰੇ ਨੰਬਰ ਜੋ ਰੈਸ਼ਨਲ ਨਹੀਂ ਹੈਗੇ ਉਹ ਨੰਬਰ ਕੀ ਹੁੰਦੇ ਨੇ ਜੀ ਇਰੈਸ਼ਨਲ ਹੁੰਦੇ ਨੇ ਹੁਣ ਇਰੈਸ਼ਨਲ ਨੰਬਰ ਕਿਹੜੇ ਹੁੰਦੇ ਨੇ ਰੈਸ਼ਨਲ ਨੰਬਰ ਤਾਂ ਆਪਾਂ ਪੜਾਏ ਕਿ ਪਾਈ ਕਿਓ ਦੀ ਫਾਰਮ ਦੇ ਵਿੱਚ ਆਉਂਦੇ ਨੇ ਹੁਣ ਪਾਈ ਕਿਓ ਦੀ ਫਾਰਮ ਦੇ ਵਿੱਚ ਸਾਰੇ ਹੋਲ ਨੰਬਰ ਵੀ ਆ ਜਾਂਦੇ ਨੇ ਕਿਉਂਕਿ ਮਨਾਂ ਨੂੰ ਬਾਈ 1 ਲਿਖ ਸਕਦੀਆਂ ਸਾਰੇ ਨੈਚੁਰਲ ਨੰਬਰ ਵੀ ਆ ਜਾਂਦੇ ਨੇ ਸਾਰੇ ਇੰਟੀਜਰਸ ਵੀ ਆ ਜਾਂਦੇ ਨੇ ਤਾਂ ਫਿਰ ਇਰੈਸ਼ਨਲ ਨੰਬਰ ਦੇ ਵਿੱਚ ਕੀ ਆਏਗਾ ਦੇਖੋ ਇਦਾਂ ਦੇ ਕੁਝ ਨੰਬਰਸ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਪ੍ਰੋਪਰਲੀ ਰਿਪਰਜੈਂਟ ਨਹੀਂ ਕਰ ਸਕਦੀ ਹੁਣ ਜਿਵੇਂ ਕਿ ਤੁਹਾਡੇ ਸਾਹਮਣੇ ਐਗਜ਼ਾਮਪਲਸ ਲਿਖਿਆ ਹੋਇਆ ਹੈ ਪਾਈ ਲਿਖਿਆ ਹੋਇਆ ਹੈ ਸਕੁਅਰ ਰੂਟ 2 ਲਿਖਿਆ ਹੋਇਆ ਹੈ ਸਕੁਅਰ ਰੂਟ 3 ਲਿਖਿਆ ਹੋਇਆ ਹੈ ਇਹ ਕੁਝ ਨੰਬਰਸ ਤੁਹਾਡੇ ਸਾਹਮਣੇ ਲਿਖੇ ਹੋਏ ਨੇ ਠੀਕ ਹੈ ਜੇਕਰ ਮੈਂ ਚਾਹਾਂ ਤਾਂ ਇਹਨਾਂ ਨੂੰ ਪ੍ਰੋਪਰਲੀ ਰਿਪਰਜੈਂਟ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਕਿਉਂਕਿ ਜੇਕਰ ਮੈਂ ਇਹ ਵੈਲਿਊਜ਼ ਕੱਢਣ ਲੱਗਾ ਤਾਂ √π ਦੀ ਵੈਲਿਊ ਕਿੰਨੀ ਹੁੰਦੀ ਹੈ ਸਕੁਅਰ ਰੂਟ π ਦੀ ਸੌਰੀ √2 ਦੀ ਵੈਲਿਊ ਕਿੰਨੀ ਹੁੰਦੀ ਹੈ 1.41 ਸੋਰੀ 1.41456 ਅਪ ਟੂ ਸੋਨੇ ਵੈਲਿਊ ਕੰਟੀਨਿਊਸਲੀ ਚੱਲਦੀ ਰਹਿੰਦੀ ਹੈ ਇੱਕ ਕਦੇ ਵੀ ਖਤਮ ਨਹੀਂ ਹੁੰਦੀ ਮਤਲਬ ਲਗਾਤਾਰ ਇਹਦੇ ਵਿੱਚ ਜੋ ਡਿਫਰੈਂਟ ਡਿਫਰੈਂਟ ਨੰਬਰਸ ਨੇ ਤੁਹਾਨੂੰ ਦੇਖੋ ਉਹਨੂੰ ਮਿਲਣਗੇ ਐਦਾਂ ਵੀ ਨਹੀਂ ਹੈ ਕਿ ਇੱਕ ਟਾਈਮ ਤੋਂ ਬਾਅਦ ਨੰਬਰ ਰਿਪੀਟ ਹੋਣ ਲੱਗ ਜਾਣਗੇ ਜੀ ਨਹੀਂ ਉਹ ਵੈਲਿਊ ਜੋ ਹੈ ਉਹਨਾਂ ਆਪਾਂ ਰਿਪਰਜੈਂਟ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿਉਂ ਕਿ ਕਿੱਦਾਂ ਹੁੰਦਾ ਹੈ ਪਹਿਲਾ ਇਹਦੀ ਗੱਲ ਕਰਦੇ ਇਹਦੇ ਵਿੱਚ ਕੋਈ ਵੀ ਨਾ ਤਾਂ ਨੰਬਰਸ ਰਿਪੀਟ ਹੁੰਦੇ ਨੇ ਤੇ ਨਾ ਹੀ ਇਹਦੇ ਵਿੱਚ ਜੋ ਨੰਬਰਸ ਐ ਉਹ ਕਦੇ ਵੀ ਖਤਮ ਹੁੰਦੇ ਨਹੀਂ ਮਤਲਬ ਜੇਕਰ ਤੁਸੀਂ ਸਕੁਅਰ ਰੂਟ 2 ਕੱਢੋਗੇ ਤਾਂ ਇਹ ਅੱਗੇ ਦੀ ਅੱਗੇ ਸੋਲਵ ਹੁੰਦਾ ਜਾਏਗਾ ਹੁੰਦਾ ਜਾਏਗਾ ਹੁੰਦਾ ਜਾਏਗਾ ਜਿੰਨਾ ਮਰਜ਼ੀ ਤੁਸੀਂ ਇਸ ਨੂੰ ਟਰਾਈ ਕਰਕੇ ਦੇਖ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਹੁਣੀ ਪੈਨ ਔਰ ਨੋਟਬੁੱਕ ਉਠਾ ਕੇ ਇਸ ਨੂੰ ਨਿਕਾਲ ਕੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਇਹ ਵੈਲਿਊਜ਼ ਨੇ ਉਸ ਕੰਟੀਨਿਊਸਲੀ ਚਲਦੀਆਂ ਰਹਿੰਦੀਆਂ ਨੇ ਇਹ ਜੋ ਵੈਲਿਊ ਐ ਇਦੇ ਵਿੱਚ ਅੱਗੇ ਸਾਨੂੰ ਪੁਆਇੰਟ ਤੋਂ ਬਾਅਦ ਨੰਬਰਸ ਮਿਲਦੀਆਂ ਜਾਣਗੀਆਂ ਮਿਲਦੀਆਂ ਜਾਣਗੇ ਤੇ ਇਹ ਇੱਕ ਨੰਬਰ ਹੈ ਜਿਹਨੂੰ ਆਪਾਂ ਇਰੈਸ਼ਨਲ ਬੋਲਦੇ ਆ ਇਰੈਸ਼ਨਲ ਕਿਉਂ ਬੋਲਦੇ ਆ ਕਿਉਂਕਿ ਮੈਂ ਇਹਨੂੰ ਰਿਪਰੈਜ਼ੈਂਟ ਨਹੀਂ ਕਰ ਪਾਦੀ ਮੈਨੂੰ ਨਹੀਂ ਪਤਾ ਕਿ ਕਿੱਥੇ ਤੱਕ ਇਹ ਜਾਏਗਾ ਕਿਨੇ ਨੰਬਰਸ ਇਦੇ ਵਿੱਚ ਆਉਣਗੇ ਕਿ ਐਗਜੈਕਟ ਵੈਲਿਊ ਦੀ ਲਾਸਟੇ ਹੋਏਗੀ ਜਾਂ ਨਹੀਂ ਹੋਏਗੀ ਠੀਕ ਹੈ ਤੇ ਇਹਨੂੰ ਮੈਂ ਕਿਤੇ ਨਾ ਕਿਤੇ ਜੋ ਪੀ ਬਾਈ ਕਿਉ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਕਿਉਂਕਿ ਜੇਕਰ ਮੇਰੇ ਕੋਲ ਦੋ ਡਿਜੀਟ ਹੁੰਦੇ ਤਾਂ ਮੈਂ ਪੁਆਇੰਟ ਹਟਾ ਕੇ 100 ਲਗਾ ਲੈਂਦੀ वन डिजिट हों तो मैं पॉइंट हटा के टेन लगा लें ठीक है बट हूँ मैं इदा नहीं कर सकती क्यों नहीं कर सकती क्योंकि मैं पता ही नहीं जी पॉइंट तो बाद कि डिजिट आए गए और सब तो बड़ी गल कोई भी डिजिट रिपीट ही नहीं हो मतलब रिपीटिशन नहीं हो रही उन्हों की इदा नहीं है कि हूँ इतने पॉइंट वन वन आ गया वन 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 मतलब वन वार, वार, वार रिपीट हो रहा वो चीज़ भी नहीं अपन इतने नज़र आती ठीक है तो इसलिए होएगा ई रैशन नंबर होएगा जिन्होंने मैं पी वाय फॉर्म के रिप्रजेंट नहीं कर सकती अनदर एग्जाम्पल्स लैने ज़्यादा चंकी तरह क्लीयर होगा जिमें कि थोड़े सामने है स्केयर रूट थ्री स्केर रूट थ्री की मैं अगर वैल्यू पुट करा तो की वैल्यू आएगी स्केर रूट थ्री दरीके डिफरेंट डिफरेंट नंबरस ने मैं चाहवागी कि यह वैल्यू तुम खुद निकाल के देखो ताकि पूरा का पूरा डाउट जो है प्रैक्टिकली तरीके क्लीयर हो जाए ठीक है सब तो मेन जो डाउट हों पाई के पाई की अगर आप गल करिए पाई की होंगी देखो सारे ने माइंड होएगा इस टाइम कि पाई की वैल्यू तो अभी ट्वेंटी टू बाय सैवन हों और ट्वेंटी टू बाय सैवन की हो गया पी बाय क्यों हो गया करके ही तकर हो गया रैशनल नंबर हो गया बट इदा नहीं होंगे देखो पाई की वैल्यू जो है आप एसिटीमेट जो यूज़ करते हैं रियल वैल्यू जो होंगी है पाई की वो ट्वेंटी टू बाय सैवन नहीं होंगी नेड़े तेड़े होंगी ट्वेंटी सैवन ध्रोक्सीमेट वैल्यू जिन्होंने आप कहने वो यूज़ करते हैं आप अगर पाई एग्जैक्ट वैल्यू देखिए तो कुछ इस तरीके होंगी है थ्री पॉइंट वन फोर 59265358979 ਐਂਡ ਅਪ ਟੂ ਸੋਨ ਦੇਖੋ ਇੰਨੀ ਲਾਰਜ ਵੈਲਿਊ ਆਨ ਤੋਂ ਬਾਅਦ ਵੀ ਇਹ ਵੈਲਿਊ ਖਤਮ ਨਹੀਂ ਹੋ ਰਹੀ ਅੱਗੇ ਤੁਹਾਨੂੰ ਇਸ ਦੇ ਹੋਰ ਵੀ ਜ਼ਿਆਦਾ ਡਿਜੀਟ ਮਿਲਣਗੇ ਔਰ ਦੂਸਰੀ ਗੱਲ ਇਹਦੇ ਵਿੱਚ ਕੋਈ ਵੀ ਸਾਨੂੰ ਇਦਾਂ ਨਹੀਂ ਲੱਗ ਰਿਹਾ ਵੀ ਇੱਕ ਟਾਈਮ ਤੋਂ ਬਾਅਦ ਡਿਜੀਟ ਰਿਪੀਟ ਹੋਣ ਲੱਗ ਗਏ ਕੋਈ ਡਿਜੀਟ ਰਿਪੀਟ ਵੀ ਨਹੀਂ ਹੋ ਰਿਹਾ ਇਹਦੇ ਵਿੱਚ ਕੰਟੀਨਿਊਸਲੀ ਅਲੱਗ-ਅਲੱਗ ਡਿਜੀਟ ਆ ਰਹੇ ਨੇ ਔਰ ਖਤਮ ਵੀ ਨਹੀਂ ਹੋ ਰਹੇ ਤਾਂ ਇਸ ਤਰੀਕੇ ਨਾਲ ਇਹ ਜੋ ਵੈਲਿਊ ਹੈ ਇਹਨੂੰ ਮੈਂ ਪ੍ਰੋਪਰਲੀ ਰਿਪਰੈਜ਼ੈਂਟ ਨਹੀਂ ਕਰ ਸਕਦੀ ਅੱਪਾ ਕੁਐਸ਼ਨਸ ਨੂੰ ਸੋਲਵ ਕਰਨ ਲਈ ਐਸਟੀਮੇਟ ਵੈਲਿਊ ਲੈਣਿਆ ਮਤਲਬ ਸੋਲਵੇਸ਼ਨ ਲਈ ਬਸ ਇੰਨੀ ਵੈਲਿਊ ਲੈ ਲੈਣਿਆ ਤਾਂ ਕਿ ਆਪਣਾ ਕੁਐਸ਼ਨ ਨੂੰ ਸੋਲਵ ਆਪਾਂ ਕਰ ਸਕੀਏ ਠੀਕ ਹੈ ਅਦਰ ਅਗਰ ਰੀਅਲ ਵੈਲਿਊ ਦੀ ਗੱਲ ਕਰੀ ਤੇ ਰੀਅਲ ਵੈਲਿਊ ਇਹਦੀ ਤੁਹਾਡੇ ਸਾਹਮਣੇ ਹੈ ਕਿ ਇਹ ਕੀ ਹੁੰਦੀ ਹੈ ਜੀ ਇਰੈਸ਼ਨਲ ਹੁੰਦੀ ਹੈ ਇਹਨੂੰ ਪ੍ਰੋਪਰ ਵੇ ਨਾਲ ਸੋਲਵ ਕਦੇ ਵੀ ਨਹੀਂ ਕੀਤਾ ਜਾ ਸਕਦਾ ਠੀਕ ਹੈ ਅੱਗੇ ਅਗਰ ਆਪਾਂ ਦੇਖੀਏ ਹੋਰ ਵੀ ਬਹੁਤ ਸਾਰੇ ਤਰ੍ਹਾਂ ਦੇ ਕੁਐਸ਼ਨਸ ਹੁੰਦੇ ਆ ਜਿਵੇਂ ਕਿ ਜਿਵੇਂ ਮੈਂ ਤੁਹਾਨੂੰ ਰਿਪੀਟਿਸ਼ਨ ਦੀ ਗੱਲ ਕਰੀ ਸੀ ਠੀਕ ਹੈ ਕੁਝ ਨੰਬਰਸ ਐਦਾਂ ਹੁੰਦੇ ਆ 1. 3 4 5 6 3 4 5 6 ਹੁਣ ਇੱਥੇ ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਕੀ ਫਰਕ ਨਜ਼ਰ ਆ ਰਿਹਾ ਕਿ ਇੱਕ ਟਾਈਮ ਤੋਂ ਬਾਅਦ ਇਹ ਸਾਰੇ ਡਿਜੀਟ ਕੀ ਹੋਣ ਲੱਗੇ ਰਿਪੀਟ ਹੋਣ ਲੱਗੇ ਪਹਿਲਾ 3 4 5 6 ਆਇਆ ਫੇਰ 3 4 5 6 ਆਇਆ ਫੇਰ 3 4 5 6 ਆਇਆ ਅਪ ਟੂ ਸੋਨ ਇਸੇ ਤਰੀਕੇ ਨਾਲ ਆਉਂਦੇ ਰਹਿਣਗੇ ਫਿਰ ਅੱਗੇ ਫੇਰ 3 4 5 6 ਆ ਜਾਏਗਾ ਅਪ ਟੂ ਸੋ ਠੀਕ ਹੈ ਸਮਝ ਰਹੇ ਹੋ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਤੇ ਇਹ ਜੋ ਨੰਬਰ ਨੇ ਨਾ ਬਹੁਤ سارے ਸਟੂਡੈਂਟਸ ਨੂੰ ਲੱਗਦਾ ਹੈ ਵੀ ਇਹ ਵੀ ਨਹੀਂ ਖਤਮ ਹੋ ਰਿਹਾ ਤਾਂ ਇਹ ਵੀ ਇਰੈਸ਼ਨਲ ਨੰਬਰ ਹੋਣਗੇ ਬੱਚੇ ਇਰੈਸ਼ਨਲ ਨੰਬਰ ਨਹੀਂ ਹੁੰਦੇ ਇਹ ਰੈਸ਼ਨਲ ਨੰਬਰ ਹੁੰਦੇ ਨੇ ਕਿਉਂਕਿ ਜੇ ਮੈਂ ਚਾਹਾਂ ਤਾਂ ਇਹਨਾਂ ਨੂੰ ਕਿੱਦਾਂ ਲਿਖ ਸਕਦੀਆਂ 1.3456 ਦੀ ਬਾਰ ਲਿਖ ਸਕਦੀਆਂ ਠੀਕ ਹੈ ਔਰ ਜਿਹੜੇ ਬਾਰ ਵਾਲੇ ਨੰਬਰਸ ਹੁੰਦੇ ਆ ਨਾ ਉਹਨਾਂ ਨੂੰ ਆਪਾਂ ਬਾਏ ਦੇ ਵਿੱਚ 90 ਜਾਂ 900 ਇਸ ਤਰੀਕੇ ਨਾਲ ਆਪਾਂ ਉਸ ਨੂੰ ਫ੍ਰੈਕਸ਼ਨ ਦੇ ਵਿੱਚ ਕਨਵਰਟ ਕਰ ਸਕਦੇ ਆ ਰੈਸ਼ਨਲ ਨੰਬਰ ਦੇ ਵਿੱਚ p/q ਦੀ ਫਾਰਮ ਦੇ ਵਿੱਚ ਉਹਨਾਂ ਨੂੰ ਲਿਖ ਸਕਦੇ ਆ ਉਹ ਕਿਵੇਂ ਲਿਖਦੇ ਆ ਉਹ ਅੱਗੇ ਤੁਹਾਨੂੰ ਕੁਐਸਚਨਸ ਦੇ ਵਿੱਚ ਜਦੋਂ ਅਪਾ ਟ੍ਰਿਕਸ ਨੂੰ ਕਰਾਂਗੇ ਉਦੋਂ ਦੱਸੂਗੀ ਠੀਕ ਹੈ ਡਿਟੇਲ ਦੇ ਵਿੱਚ ਉਦੋਂ ਉਹਨਾਂ ਨੂੰ ਕਰਾਂਗੇ ਕਿ ਕਿਸ ਤਰੀਕੇ ਨਾਲ ਬਾਰ ਬਾਰੇ ਨੰਬਰਸ ਨੂੰ ਆਪਾਂ p/q ਦੀ ਫਾਰਮ ਦੇ ਵਿੱਚ ਕਨਵਰਟ ਕਰ ਸਕਦੇ ਆ ਬਹੁਤ سارے ਸਟੂਡੈਂਟਸ ਨੂੰ ਪਤਾ ਵੀ ਹੋਣਾ ਤੇ ਇੱਥੇ ਆਪਾਂ ਇਹ ਨਹੀਂ ਕਵਾਂਗੇ ਕਿ ਇਹ ਇਰੈਸ਼ਨਲ ਨੰਬਰ ਹੈ ਇਹ ਕਿਹੜਾ ਨੰਬਰ ਹੋਏਗਾ ਰੈਸ਼ਨਲ ਨੰਬਰ ਹੋਏਗਾ ਠੀਕ ਹੈ ਸਮਝ ਗਏ ਹੋਗੇ ਤੁਸੀਂ ਚੰਗੀ ਤਰ੍ਹਾਂ ਰੈਸ਼ਨਲ ਤੇ ਇਰੈਸ਼ਨਲ ਚ ਇਸ ਚੀਜ਼ ਸੇ ਕਨਫਿਊਜ਼ ਨਹੀਂ ਹੋਣਾ ਕਿ ਅਗਰ ਪੁਆਇੰਟ ਤੋਂ ਬਾਅਦ ਡਿਜੀਟ ਨੇ ਜੋ ਖਤਮ ਨਹੀਂ ਹੋ ਰਿਹਾ ਤਾ ਉਹ ਇਰੈਸ਼ਨਲ ਹੋ ਗਿਆ ਬਿਲਕੁਲ ਨਹੀਂ ਇਸ ਚੀਜ਼ ਦੇ ਵਿੱਚ ਤੁਸੀਂ ਇਸ ਨੂੰ ਧਿਆਨ ਚ ਰੱਖਣਾ ਕਿ ਉਹ ਵਲੇ ਜੋ ਡਿਜੀਟ ਨੇ ਰਿਪੀਟ ਹੋ ਰਹੇ ਨੇ ਜਾਂ ਨਹੀਂ ਇੱਕ ਟਾਈਮ ਤੋਂ ਬਾਅਦ ਜਾ ਕੇ ਉਹਨਾਂ ਦੀ ਰਿਪੀਟੇਸ਼ਨ ਸ਼ੁਰੂ ਹੋ ਰਹੀ ਹੈ ਜਾਂ ਨਹੀਂ ਅਗਰ ਰਿਪੀਟੇਸ਼ਨ ਸ਼ੁਰੂ ਹੋ ਰਹੀ ਹੈ ਤਾਂ ਉਸ ਨੂੰ ਮੈਂ ਪੀ/ਕਿਊ ਦੇ ਫਾਰਮ ਚ ਲਿਖ ਸਕਦੀਆਂ ਤੇ ਜੇ ਮੈਂ ਲਿਖ ਸਕਦੀਆਂ ਤਾਂ ਉਹ ਕੀ ਬਣ ਗਿਆ ਜੀ ਰੈਸ਼ਨਲ ਨੰਬਰ ਬਣ ਗਿਆ ਹੁੰ ਜਿਵੇਂ ਮੈਂ ਤੁਹਾਡੇ ਸਾਹਮਣੇ ਪਾਈ ਦੀ ਐਗਜ਼ਾਮਪਲ ਰੱਖੀ ਸੀ ਜਾਂ ਫਿਰ √2 ਦੀ ਐਗਜ਼ਾਮਪਲ ਰੱਖੀ ਸੀ ਜਾਂ ਫਿਰ √3 ਦੀ ਤੁਸੀਂ ਜਿਹਨੂੰ ਖੁਦ ਸੋਲਵ ਕਰੋਗੇ ਤਾਂ ਉਹਨਾਂ ਸਾਰਿਆਂ ਦੇ ਵਿੱਚ ਤੁਸੀਂ ਕੀ ਦੇਖੋਗੇ ਕਿ ਇਸ ਤਰੀਕੇ ਨਾਲ ਰਿਪੀਟਿਸ਼ਨ ਨਹੀਂ ਹੋ ਰਹੀ ਅਗਰ ਰਿਪੀਟਿਸ਼ਨ ਨਹੀਂ ਹੋ ਰਹੀ ਤਾਂ ਮੈਂ ਉਹਨਾਂ ਨੂੰ ਬਾਹਰ ਦੀ ਫਾਰਮ 'ਚ ਕਿੱਦਾਂ ਲਿਖਾਂਗੀ ਅਗਰ ਮੈਂ ਉਹਨਾਂ ਨੂੰ ਬਾਹਰ ਦੀ ਫਾਰਮ ਦੇ ਵਿੱਚ ਨਹੀਂ ਲਿਖ ਸਕਦੀ ਤਾਂ ਮਤਲਬ ਮੈਂ ਉਹਨਾਂ ਨੂੰ p/q ਦੀ ਫਾਰਮ ਦੇ ਵਿੱਚ ਕਨਵਰਟ ਵੀ ਨਹੀਂ ਕਰ ਸਕਦੀ ਤਾਂ ਸਿੰਪਲ ਸ਼ਬਦਾਂ ਵਿੱਚ ਕਹਿ ਸਕਦੇ ਆ ਕਿ ਉਹ ਵਾਲੇ ਨੰਬਰ ਜਿਵੇਂ √2 3 5 ਬਾਈ ਤੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਨੰਬਰਸ ਜਿਨ੍ਹਾਂ ਨੂੰ ਮੈਂ ਪੀ/ਕਿਓ ਦੀ ਫਾਰਮ 'ਚ ਨਹੀਂ ਲਿਖ ਸਕਦੀ ਉਹ ਸਾਰੇ ਕੀ ਹੁੰਦੇ ਆ ਜੀ ਇਰੈਸ਼ਨਲ ਨੰਬਰ ਹੁੰਦੇ ਆ ਕਲੀਅਰ ਹੋ ਗਿਆ ਹੋਵੇਗਾ ਤੁਹਾਨੂੰ ਅ ਰਿਪੀਟੇਸ਼ਨ ਵਾਲੀ ਇੱਕ ਨਦਰ ਐਗਜ਼ਾਮਪਲ ਲੈ ਲੈਂਦੇ ਆ ਜਿਵੇਂ ਕਿ ਤੁਹਾਡੇ ਕੋਲ ਮੋਸਟਲੀ ਇਦਾਂ ਦੇ ਨੰਬਰਸ ਦੇਖਾ ਨੂੰ ਮਿਲਦੇ ਆ ਅਪ ਟੂ ਸੌਂਜ ਦੇ ਵਿੱਚ 3 3 ਤਾਂ ਬਾਰ-ਬਾਰ ਆਂਦਾ ਰਹਿੰਦਾ ਤਾਂ ਉਹਦੇ ਵਿੱਚ ਤੁਸੀਂ ਕੀ ਲਿਖ ਸਕਦੇ ਹੋ 3 ਦੀ ਬਾਅਦ ਲਿਖ ਸਕਦੇ ਹੋ ਠੀਕ ਹੈ ਤੇ ਇਸ ਨੂੰ ਵੀ ਮੈਂ ਈਜ਼ਲੀ ਪੀ/ਕਿਓ ਦੀ ਫਾਰਮ 'ਚ ਕਨਵਰਟ ਕਰ ਸਕਦੀ ਆ ਠੀਕ ਹੈ ਤੇ ਇੱਥੇ ਮੇਰੇ ਕੋਲ ਕੀ ਆਏਗਾ p/q ਦੀ ਫਾਰਮ ਦੇ ਵਿੱਚ ਕਨਵਰਟ ਹੋਣ ਤੋਂ ਬਾਅਦ ਇਹ ਕੀ ਬਣ ਜਾਣਾ ਹੈ ਰੈਸ਼ੀਅਲ ਨੰਬਰ ਬਣ ਜਾਣਾ ਹੈ ਠੀਕ ਹੈ ਤਾਂ ਮਤਲਬ ਇਸ ਨੂੰ ਆਪਾਂ ਕੀ ਕਵਾਂਗੇ ਇਹ ਰੈਸ਼ੀਅਲ ਨੰਬਰ ਹੈ ਇਰੈਸ਼ੀਅਲ ਨਹੀਂ ਹੈ ਇਹ ਰੈਸ਼ੀਅਲ ਹੈ ਬਹੁਤ سارے ਬੱਚੇ ਇਸ ਨੂੰ ਇਰੈਸ਼ੀਅਲ ਸਮਝਦੇ ਨੇ ਤੇ ਗਲਤੀਆਂ ਕਰ ਬੈਠਦੇ ਨੇ ਇਸ ਲਈ ਮੈਂ ਕਨਸੈਪਟ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਕਰਵਾ ਰਹੀ ਹਾਂ ਕਿ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ ਠੀਕ ਹੈ ਜੀ ਇਰੈਸ਼ੀਅਲ ਤੇ ਰੈਸ਼ੀਅਲ ਦੇ ਵਿੱਚ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਡਿਫਰੈਂਸ ਅੱਗੇ ਅਗਰ ਆਪਾਂ ਗੱਲ ਕਰੀਏ ਕੁਝ ਨਾ ਐਧਾ ਦੇ ਨੰਬਰਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਕਨਫਿਊਜ਼ ਰਹਿੰਦੇ 1/0 ਅ ਇੱਕ ਮਿੰਟ 1/0 0/1 ਤੇ 0/0 ਇਹਦੇ ਵਿੱਚ ਬਹੁਤ ਕਨਫਿਊਜ਼ਰ ਰਹਿੰਦੀ ਹੈ ਕਿ 1/0 0/1 ਇੱਕ ਹੀ ਹੈ ਦੇਖੋ 1/0 ਜਿਹਦੇ ਵਿੱਚ ਕੀ ਆ ਗਿਆ ਡਿਨੋਮੀਨੇਟਰ 0 ਆ ਗਿਆ ਇਹ ਚੀਜ਼ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਹੋਈ ਹੈ ਕਿ ਅਗਰ ਡਿਨੋਮੀਨੇਟਰ 0 ਆ ਗਿਆ ਤਾਂ ਉਹ ਕੀ ਹੁੰਦਾ ਹੈ ਨੋਨ ਡਿਫਾਈਨ ਹੁੰਦਾ ਹੈ ਇਹ ਆਪਾਂ ਡਿਸਕਸ ਕਰ ਚੁੱਕੇ ਹਾਂ ਪ੍ਰੀਵੀਅਸ ਵੀਡੀਓਜ਼ ਕਿ ਡਿਨੋਮੀਨੇਟਰ 0 ਪੋਸੀਬਲੀ ਨਹੀਂ ਹੈ ਨੰਬਰ ਸਿਸਟਮ ਦੇ ਵਿੱਚ ਇਦਾਂ ਦਾ ਕੋਈ ਨੰਬਰ ਹੁੰਦਾ ਹੀ ਨਹੀਂ ਜਿਸਕੇ ਨੀਚੇ 0 ਆ ਜਾਵੇ ਡਿਨੋਮੀਨੇਟਰ 0 ਆ ਜਾਵੇ ਕਿਉਂਕਿ ਆਪਾਂ ਕਿਸੇ ਵੀ ਨੰਬਰ ਨੂੰ 0 ਨਾਲ ਡਿਵਾਈਡ ਨਹੀਂ ਕਰ ਸਕਦੇ ਡਿਵਾਈਡ ਮੈਸ ਨੂੰ ਕਰਕੇ ਵੀ ਵਿਖਾਇਆ ਸੀ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਨੀਆ ਅਗਰ ਕਨਫਿਊਜ਼ਨ ਹੋਏਗਾ ਤੁਹਾਨੂੰ ਜਿਵੇਂ ਕਿ ਇਹਦੇ ਵਿੱਚ ਲਿਖਿਆ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਹਮੇਸ਼ਾ ਜੋ ਡਿਨੋਮੀਨੇਟਰ ਹੈ ਉਸ ਨੂੰ ਆਪਾਂ ਐਜ਼ ਅ ਕੁਸ਼ੈਂਟ ਲੈਣੇ ਆ ਔਰ ਅੰਦਰ ਆਪਣੇ ਕੋਲ ਗਿਆਏਗਾ 1 ਆਏਗਾ 1 ਦੀ ਜਗ੍ਹਾ ਤੇ ਕੁਝ ਵੀ ਹੋ ਸਕਦਾ ਹੈ 2 ਵੀ ਹੋ ਸਕਦਾ ਹੈ 5 ਵੀ ਹੋ ਸਕਦਾ ਹੈ 100 ਵੀ ਹੋ ਸਕਦਾ ਡਸਨਟ ਮੈਟਰ ਕਿਉਂ ਨਹੀਂ ਬੰਨੀ ਹੋਏਗਾ ਮੈਂ ਸਿਰਫ ਇੱਥੇ ਗੱਲ ਕਰ ਰਹੀ ਹਾਂ ਡਿਨੋਮੀਨੇਟਰ ਜ਼ੀਰੋ ਦੀ ਠੀਕ ਹੈ 1 ਮੈਜਿਸਟਰ ਐਜ਼ ਐਗਜ਼ਾਮਪਲ ਲੈ ਰਹੀਆਂ ਹੁਣ ਜਦੋਂ ਮੈਂ 0 ਨੂੰ 1 ਨਾਲ ਡਿਵਾਈਡ ਕਰ ਰਹੀਆਂ ਮੈਨੂੰ ਹੁਣ ਐਦਾਂ ਦਾ ਨੰਬਰ ਚਾਹੀਦਾ ਜੀ 0 ਨੂੰ ਮੈਂ ਕਿਦਣਾ ਮਲਟੀਪਲਾਈ ਕਰਾਂ ਕਿ ਮੇਰੇ ਕੋਲ 1 ਆ ਜਾਵੇ ਠੀਕ ਹੈ ਤਾਂ ਹੁਣ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ 0 ਨੂੰ ਮੈਂ ਕਿਦਣਾ ਮਲਟੀਪਲਾਈ ਕਰਾਂ ਕਿ 1 ਆ ਜਾਵੇ ਥੋੜੇ ਸਾਰੇ ਦੇ ਮਾਇੰਦਿਚ ਕੀ ਹੋਏਗਾ 1 ਕਿ ਮੈਂ 0 ਨੂੰ 1 ਨਾਲ ਮਲਟੀਪਲਾਈ ਕਰਕੇ 1 ਆਏਗਾ ਮੇਰੇ ਕੋਲ ਤਾਂ ਵਾਪਸ 0 ਆ ਗਿਆ ਤਾਂ ਮੇਰੇ ਕੋਲ ਕੀ ਆ ਗਿਆ ਫਿਰ 1 ਆ ਗਿਆ ਮਤਲਬ ਇਹ 1 ਤਾਂ ਸੋਲਵ ਹੀ ਨਹੀਂ ਹੋਇਆ ਸਮਝ ਰਹੇ ਹੋ ਇਹ ਵਾਲਾ ਵਨ ਤਾਂ ਮੇਰਾ ਸੋਲਵ ਵੀ ਨਹੀਂ ਹੋਇਆ ਵਾਪਸ ਰਿਮਾਈਂਡਰ ਵਨ ਆ ਗਿਆ ਤੁਸੀਂ ਜ਼ੀਰੋ ਨੂੰ ਜਿੰਨੇ ਮਰਜ਼ੀ ਲਾਰਜ ਵੈਲਿਊ ਨਾਲ ਮਲਟੀਪਲਾਈ ਕਰ ਲਓ ਜਿੰਨੇ ਮਰਜ਼ੀ ਸਮਾਲ ਵੈਲਿਊ ਨਾਲ ਮਲਟੀਪਲਾਈ ਕਰ ਲਓ ਇਹ ਤਾਂ ਬੇਸਿਕ ਜੀ ਗੱਲ ਹੈ ਕਿ ਆਪਣਾ ਕੋਲ ਆਨਸਰ ਹਮੇਸ਼ਾ ਕੀ ਆਣਾ ਹੈ ਜ਼ੀਰੋ ਹੋਣਾ ਮਤਲਬ ਇਹ ਡਿਵਾਈਡੇਸ਼ਨ ਮੈਂ ਕਦੇ ਵੀ ਸੋਲਵ ਵੀ ਨਹੀਂ ਕਰ ਸਕਦੀ ਕਿਉਂਕਿ ਜੇਕਰ ਮੈਂ ਉਹਰੇ 100 ਵੀ ਲੈ ਲੈਣੀ ਆ ਤੁਹਾਡੇ ਲਈ ਲਾਰਜ ਵੈਲਿਊ ਵੀ ਲੈ ਲੈਣੀ ਆ ਤਾਂ ਵੀ ਮੇਰੇ ਕੋਲ ਜ਼ੀਰੋ ਹੀ ਆਣਾ ਹੈ ਠੀਕ ਹੈ ਸਮਝ ਰਹੇ ਹੋ ਤਾਂ ਇਹ ਵੈਲਿਊ ਜੋ ਹੈ ਕਦੇ ਵੀ 16 ਵੀ ਨਹੀਂ ਹੋ ਸਕਦੀ ਕਿਉਂਕਿ ਇਸ ਨੂੰ ਮੈਂ ਜ਼ੀਰੋ ਨੂੰ ਕਦੇ ਵੀ ਕਿਸੇ ਨਾਲ ਡਿਵਾਈਡ ਕਰ ਹੀ ਨਹੀਂ ਸਕਦੀ ਤੇ ਇਸੇ ਲਈ ਆਪਾਂ ਕਹਿ ਸਕਦੇ ਕਿ ਜੋ 0 ਸੋਰੀ 1 0 ਹੁੰਦਾ ਹੈ ਉਹ ਕੀ ਹੁੰਦਾ ਹੈ ਜੀ ਨੋਨ ਡਿਫਾਈਨਡ ਹੁੰਦਾ ਹੈ ਪੋਸੀਬਲ ਨਹੀਂ ਹੁੰਦਾ ਉਸ ਨੂੰ ਡਿਫਾਈਨ ਕਰਨਾ ਠੀਕ ਹੈ ਅਗਰ ਆਪਾਂ ਗੱਲ ਕਰੀਏ ਸੈਕਿੰਡ ਨੰਬਰ ਸਿਕਾ ਮੇਰੇ ਕੋਲ 0 1 0 1 ਮੇਰੇ ਕੋਲ ਕਿਹਦੀ ਕੁੱਲ ਹੋਏਗਾ ਜੀ 0 ਦੇ ਹੀ ਇਕੁਅਲ ਹੋਏਗਾ ਹੁਣ ਉਹ ਕਿਸ ਤਰੀਕੇ ਨਾਲ ਮੈਨੂੰ ਵੀ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਕਰ ਦੇਣੀ ਹੈ ਡਿਵਾਈਡ ਕਰਕੇ ਦੇਖੋ 1 ਕਿ ਆਏਗਾ 10 ਆਏਗਾ 0 ਅੰਦਰ ਆਏਗਾ ਜਿਵੇਂ ਕਿ ਮੈਂ ਸੁੰਦਰ ਜਿਹਾ ਕਿ ਕੁਸ਼ੈਂਟ ਕੀ ਹੁੰਦਾ ਡਿਨੋਮੀਨੇਟਰ ਹੁੰਦਾ ਇਸ ਦੀ ਅਗਰ ਆਪਾਂ ਗੱਲ ਕਰੀਏ ਹੁਣ 1 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂ ਕਿ 0 ਆ ਜੇ ਸਿੱਧੀ ਜੀ ਗੱਲ ਹੈ 0 ਨਾਲ ਕਰਾਂਗੇ ਠੀਕ ਹੈ ਤਾਂ ਮੇਰੇ ਕੋਲ ਕੀ ਆ ਗਿਆ 1 ਕੈਨਸਲ 1 ਦੀ ਜਗ੍ਹਾ ਮੈਂ ਨਾਦਰ ਵੈਲਿਊ ਲੈ ਲੈਣੀ ਆ 4 ਲੈ ਲੈਣੀ ਆ 4 ਨੂੰ ਮੈਂ ਕਿਹਦੇ ਨਾਲ ਮਲਟੀਪਲਾਈ ਕਰਾਂ ਕਿ 0 ਆ ਜੇ फोन ना ही करूँगी तो मेरे आ जुगा। आ जुगा। मतलब को आजगा जीरो आजगा तो गल उ खत्म होगी मतलब मेरे को आंसर हमेशा की आऊगा जीरो ही आऊगा जीरो के नीचे थाउजेंड ले लो लैक ले लो नाइन 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 ले लो फाइव टाइम्स नाइन ले लो जिनी मर्जी लार्ज जिनी मर्जी समॉल वैल्यू ले लो डैसीमल वाली वैल्यू ले लो कोई फर्क नहीं पैदा थोड़े कोटर जीरो है दैट्स मीन थोड़े को आंसर की होएगा जी जीरो ही होएगा क्योंकि जीरो में जिद मर्जी डिवाइड कर लो वो आंसर थोड़े को है ना हमेशा 0 ਹੀ ਆਣਾ ਅੱਗੇ ਅਗਰ ਆਪਾਂ ਵਧੀਏ 0/0 ਇੱਕ a ਫਾਰਮ ਸੀ ਤੁਹਾਡੇ ਸਾਰਿਆਂ ਕੋਲ ਇਹ ਵੀ ਬੱਚੇ ਕੀ ਹੁੰਦੀ ਹੈ ਨੋਨ ਡਿਫਾਈਨ ਹੁੰਦੀ ਹੈ ਨੋਨ ਡਿਫਾਈਨ ਨੂੰ ਤੁਸੀਂ ਸੇਮ ਰੀਜ਼ਨ ਲੈ ਕੇ ਚੱਲੋਗੇ ਕਿਉਂਕਿ ਡਿਨੋਮੀਨੇਟਰ ਕਦੇ ਵੀ 0 ਆਪਣੇ ਕੋਲ ਨਹੀਂ ਹੋਣਾ ਚਾਹੀਦਾ ਠੀਕ ਹੈ ਕਿ ਤਾਂ ਹੀ ਕਿਹਾ ਜਾਂਦਾ ਹੈ ਕਿ p/q ਦੀ ਫਾਰਮ ਹੋਣੀ ਚਾਹੀਦੀ ਹੈ ਪਰ q not equal to 0 ਹੋਣਾ ਚਾਹੀਦਾ ਕਿਉਂਕਿ ਜੇ q 0 ਹੋ ਗਿਆ ਤਾਂ ਨੰਬਰ ਹੀ ਨਹੀਂ ਰਹੇਗਾ ਨੋਨ ਡਿਫਾਈਨ ਹੋ ਜਾਏਗਾ ਠੀਕ ਹੈ ਜੀ 0 ਤਿੰਨੇ ਨੰਬਰ ਜਾਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ 1/0 0/0 ਤੇ 0/1 ਇਹ ਇੰਪੋਰਟੈਂਟ ਨੇ ਪੁੱਛ ਲਏ ਜਾਂਦੇ ਨੇ ਬੱਚਿਆਂ ਨੂੰ ਕਨਫਿਊਜ਼ਨ ਇਹਦੇ ਵਿੱਚ ਹੁੰਦੀ ਹੈ ਇਸ ਲਈ ਇਹਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਸੀ ਨੈਕਸਟ ਜੇਕਰ ਆਪਾਂ ਅੱਗੇ ਵਧੀਏ ਤੁਹਾਡੇ ਸਾਹਮਣੇ ਇੱਕ ਹੋਰ ਡੈਫੀਨੇਸ਼ਨ ਹੈ ਪ੍ਰਾਈਮ ਨੰਬਰਸ ਹੁਣ ਪ੍ਰਾਈਮ ਨੰਬਰਸ ਕੀ ਹੁੰਦੇ ਆ ਜਿਹੜੇ ਨੰਬਰਸ ਸਿਰਫ ਆਪਣੇ ਟੇਬਲ ਤੇ ਆਉਂਦੇ ਆ ਉਹਨਾਂ ਨੂੰ ਆਪਾਂ ਪ੍ਰਾਈਮ ਨੰਬਰ ਕਹਿੰਦੇ ਆ ਜਾਂ ਪੰਜਾਬੀ ਚ ਅਪਾਜ ਸੰਖਿਆ ਕਹਿੰਦੇ ਆ ਠੀਕ ਹੈ ਸਿੰਪਲ ਸ਼ਬਦ ਚ ਕਹੀਏ ਓਨ ਨੰਬਰ ਜਿਨ੍ਹਾਂ ਦੇ ਸਿਰਫ ਦੋ ਫੈਕਟਰ ਹੁੰਦੇ ਆ ਦੋ ਫੈਕਟਰ ਕਿਹੜੇ ਹੁੰਦੇ ਆ ਜੀ ਸੌਰੀ ਦੋ ਫੈਕਟਰ ਕਿਹੜੇ ਹੁੰਦੇ ਆ ਇੱਕ ਤਾਂ ਖੁਦ 1 ਇੱਕ ਹੁੰਦਾ ਖੁਦ ਮਤਲਬ ਇਟਸੈਲਫ ਇੱਕ ਤਾਂ ਹੁੰਦਾ ਜੀ 1 ਇੱਕ ਹੁੰਦਾ 1 ਸੈਲਫ ਬਿਲਕੁਲ ਐਕਸਪਲੇਨ ਕਰੂੰਗੇ ਮੈਂ ਇਹਨੂੰ ਡਿਟੇਲ ਦੇ ਵਿੱਚ ਦੱਸੂੰਗੀ ਆਪਾਂ ਕਾਊਂਟਿੰਗ ਤੋਂ ਉਸ ਨੂੰ ਸਟਾਰਟ ਕਰਾਂਗੇ ਤਾਂ ਕਿ ਤੁਹਾਡੀ ਜਮਾਈ ਕਲੀਅਰ ਹੋ ਜਾਵੇ ਪ੍ਰਾਈਮ ਨੰਬਰ ਵਾਲਾ ਕਨਸੈਪਟ ਤੇ ਕਦੇ ਵੀ ਗਲਤੀ ਨਾ ਕਰੋ ਠੀਕ ਹੈ ਅਪਕ ਸਟਾਰਟ ਕਰਦੇ ਆ ਵੰ ਤੋਂ 1 2 3 4 5 6 7 8 9 9 ਤੱਕ ਇਨਫ ਹੈ ਠੀਕ ਹੈ ਕਲੀਅਰ ਹੋ ਜਾਏਗਾ ਤੁਹਾਨੂੰ 9 ਤੱਕ ਅਗਰ ਅਪ ਗੱਲ ਕਰੀਏ ਸਭ ਤੋਂ ਪਹਿਲਾਂ ਨੰਬਰ ਮੇਰੇ ਕੋਲ 1 ਹੈ ਮੈਂ 1 ਦੇ ਫੈਕਟਰਸ ਬਣਾਉਂਗੀ ਤਾਂ ਮੇਰੇ ਕੋਲ 1 ਦੇ ਕਿੰਨੇ ਫੈਕਟਰਸ ਬਣਾਉਣਗੇ ਮੇਰੇ ਅਕੋਰਡਿੰਗ 1 ਦਾ ਸਿਰਫ ਇੱਕੋ ਫੈਕਟਰ ਹੁੰਦਾ ਹੈ ਵਿਚ ਇਸ 1 ਫੈਕਟਰ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਏਗਾ ਮਤਲਬ 1 ਕਿਹਦੇ ਕਿਹਦੇ ਟੇਬਲ ਤੇ ਆਉਂਦਾ ਹੈ ਪਿਓਰ ਦੇਸ ਲੈਂਗੁਏਜ ਜੇਕਰ ਆਪਾਂ ਕਹੇ ਇਹ 1 ਕਿਹਦੇ ਕਿਹਦੇ ਟੇਬਲ ਤੇ ਆਉਂਦਾ ਹੈ ਤਾਂ 1 ਕਿਹਦੇ ਟੇਬਲ ਤੇ ਆਉਂਦਾ ਹੈ 1 ਦੇ ਹੀ ਟੇਬਲ ਤੇ ਆਉਂਦਾ ਹੈ ਇਸ ਤੋਂ ਇਲਾਵਾ ਆਪਾਂ ਨੂੰ ਦੇਖਾ ਨੂੰ ਮਿਲਦਾ ਹੈ ਕਿ ਜੇ ਟੇਬਲ ਦੇ ਉੱਪਰ 1 ਨਾਟ ਪੋਸੀਬਲ ਤਾਂ 1 ਦੇ ਕਿੰਨੇ ਫੈਕਟਰ ਹੈ ਸਿਰਫ ਇੱਕੋ ਹੀ ਫੈਕਟਰ ਹੈ ਠੀਕ ਹੈ ਤੁਸੀਂ ਹਲੇ ਤੱਕ ਸੁਣਿਆ ਹੋਣਾ ਕਿ 1 ਨਾ ਤਾਂ ਪ੍ਰਾਈਮ ਨੰਬਰ ਹੈ 1 ਨਾ ਹੀ ਕੰਪੋਜ਼ਿਟ ਨੰਬਰ ਹੈ ਇਹਦਾ ਰੀਜ਼ਨ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਤਾਂ ਜੋ ਰੀਜ਼ਨ ਵੀ ਕਲੀਅਰ ਕਰ ਲਓ 1 ਪ੍ਰਾਈਮ ਨੰਬਰ ਕਿਉਂ ਨਹੀਂ ਹੁੰਦਾ 1 ਪ੍ਰਾਈਮ ਨੰਬਰ ਇਸ ਲਈ ਨਹੀਂ ਹੁੰਦਾ ਕਿਉਂਕਿ ਉਸ ਦੇ ਆਪਾਂ ਨੂੰ ਦੋ ਫੈਕਟਰਸ ਚਾਹੀਦੇ ਹੁੰਦੇ ਆ ਪਰ 1 ਦੇ ਕਿੰਨੇ ਫੈਕਟਰ ਹੁੰਦੇ ਆ ਓਨਲੀ ਸਿਰਫ ਇੱਕ ਫੈਕਟਰ ਹੁੰਦਾ ਹੈ ਥੈਟ ਇਜ਼ ਅ ਰੀਜ਼ਨ ਕਿ 1 ਆਪਣੇ ਕੋਲ ਕੀ ਹੁੰਦਾ ਪ੍ਰਾਈਮ ਨੰਬਰ ਨਹੀਂ ਹੁੰਦਾ ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ 2 ਦੀ 2 ਦੇ ਮੈਂ ਫੈਕਟਰਸ ਬਣਾਉਣੇ ਸ਼ੁਰੂ ਕੀਤੇ ਦੇਖੋ 2 ਵਨ ਦੇ ਟੇਬਲ ਤੇ ਤਾਂ ਆਏਗਾ ਹੀ ਆਏਗਾ 1 ਦੇ ਟੇਬਲ ਤੇ ਸਾਰੇ ਆਉਂਦੇ ਆ ਜਿੰਨਾ ਮਰਜ਼ੀ ਨੰਬਰ ਹੋਵੇ ਠੀਕ ਹੈ ਉਸ ਤੋਂ ਬਾਅਦ 2 ਦੇ ਟੇਬਲ ਤੇ ਵੀ 2 ਆਏਗਾ ਇਸ ਤੋਂ ਇਲਾਵਾ 2 ਕਿਸੇ ਦੇ ਟੇਬਲ ਤੇ ਨਜ਼ਰ ਆਉਂਦਾ ਮੇਰੇ ਕਹਿਣਾ ਮਤਲਬ 2 ਦਾ ਹੋਰ ਕੋਈ ਫੈਕਟਰ ਬੰਦ ਹੈ ਨਾਟ ਪੋਸੀਬਲ ਕਿਉਂਕਿ 2 ਇਸ ਤੋਂ ਇਲਾਵਾ ਹੋਰ ਕਿਸੇ ਨੰਬਰ ਤੇ ਨਹੀਂ ਆਉਂਦਾ ਤਾਂ 2 ਦੇ ਸਿਰਫ ਕਿੰਨੇ ਫੈਕਟਰ ਹੈ ਜੀ ਦੋ ਫੈਕਟਰ ਹੈ ਠੀਕ ਹੈ ਅਗਰ ਦੋ ਦੇ ਸਿਰਫ ਦੋ ਫੈਕਟਰ ਰਹਿਤਾ ਹੈ ਇਹ ਮੇਰੇ ਕੋਲ ਕੀ ਬਣ ਗਿਆ ਪ੍ਰਾਈਮ ਨੰਬਰ ਬਣ ਗਿਆ ਕਿਉਂਕਿ ਪ੍ਰਾਈਮ ਨੰਬਰ ਦੀ ਕੰਡੀਸ਼ਨ ਕੀ ਸੀ ਕਿ ਇਹਦੇ ਸਿਰਫ ਦੋ ਫੈਕਟਰ ਹੋਣੇ ਚਾਹੀਦੇ ਐ ਇੱਕ 1 ਹੋਣਾ ਚਾਹੀਦਾ ਤੇ ਇੱਕ ਨੰਬਰ ਇਟਸੈਲਫ ਹੋਣਾ ਚਾਹੀਦਾ ਬਿਲਕੁਲ ਇੱਕੇ ਦਾ ਫੈਕਟਰ ਕੀ ਹੈ 1 ਹੈ ਇੱਕ ਨੰਬਰ ਇਹ ਖੁਦ ਹੈ ਠੀਕ ਹੈ ਤਾਂ 2 ਆਪਣੇ ਕੋਲ ਕੀ ਹੋ ਗਿਆ ਪ੍ਰਾਈਮ ਨੰਬਰ ਹੋ ਗਿਆ ਅੱਗੇ ਅਗਰ ਆਪਾਂ ਗੱਲ ਕਰੀਏ 3rd ਦੀ ਨੈਕਸਟ ਨੰਬਰ ਮੇਰੇ ਕੋਲ ਕੀ ਹੈ 3 ਹੈ 3 ਦੇ ਫੈਕਟਰਸ ਬਣਾਣੇ ਆ 3 ਦੇ ਕਿਹੜੇ ਕਿਹੜੇ ਫੈਕਟਰਸ ਬਣਾਣਗੇ 3 ਸਭ ਤੋਂ ਪਹਿਲਾਂ 1 ਤੇ ਆਉਂਦਾ 2 ਤੇ ਨਹੀਂ ਆਉਂਦਾ ਉਸ ਤੋਂ ਬਾਅਦ ਕਿਹਦੇ ਅੰਦਰ 3 ਤੇ ਆਉਂਦਾ ਠੀਕ ਹੈ ਉਸ ਤੋਂ ਬਾਅਦ ਕਿਸੇ ਨੰਬਰ ਤੇ ਨਹੀਂ ਆਉਂਦਾ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਜੇ ਤੁਸੀਂ ਫੈਕਟਰ ਬਣਾ ਰਹੇ ਹੋ ਨਾ ਅਗਰ ਤੁਸੀਂ 15 ਦੇ ਫੈਕਟਰ ਬਣਾ ਰਹੇ ਹੋ ਤਾਂ 15 ਤੋਂ ਗ੍ਰੇਟਰ ਕੋਈ ਵੀ ਨੰਬਰ ਉਹਦੇ ਵਿੱਚ ਨਹੀਂ ਆਏਗਾ ਠੀਕ ਹੈ ਉਹ ਜਦੋਂ ਆਪਾਂ ਐਲਸੀਐਮ ਐਚਸੀਐਫ ਫੈਕਟਰ ਮਲਟੀਪਲ ਉਹ ਸਭ ਕੁਝ ਕਰਾਂਗੇ ਤਾਂ ਬਿਲਕੁਲ ਡਿਟੇਲ ਤੁਹਾਨੂੰ ਸਮਝ ਆ ਜਾਏਗਾ ਉਹ ਜੋ ਮੈਂ ਹੁਣ ਤੁਹਾਨੂੰ ਬੇਸਿਕ ਦੇ ਵਿੱਚ ਦੱਸ ਰਹੀਆਂ ਕਿ ਅਗਰ ਮੈਂ 3 ਦੇ ਫੈਕਟਰਸ ਬਣਾ ਰਹੀਆਂ ਤਾਂ ਮੇਰੇ ਕੋਲ ਸਿਰਫ 3 ਤੱਕ ਦੇ ਜਾਂ ਫਿਰ 3 ਤੋਂ স্মਲ ਨੰਬਰਸ ਆਣਗੇ ਜਾਂ ਫਿਰ 3 ਆਏਗਾ 3 ਤੋਂ ਗ੍ਰੇਟਰ ਨੰਬਰ ਨਹੀਂ ਆਏਗਾ ਕੋਈ ਵੀ ਕਿਉਂਕਿ ਫੈਕਟਰਸ ਜੋ ਹੁੰਦੇ ਨੇ ਉਹ ਕੀ ਹੁੰਦੇ ਨੇ স্মਲ ਜਾਂ ਫਿਰ ਇਕੁਅਲ ਹੁੰਦੇ ਨੇ ਠੀਕ ਹੈ ਜੀ ਅੱਗੇ ਅਗਰ ਆਪਾਂ ਗੱਲ ਕਰੀਏ ਮੈਂ ਗੱਲ ਕਰ ਰਹੀ ਸੀ ਤੇ 3 ਦੀ 3 ਦੇ ਫੈਕਟਰਸ ਦੀ तो थ्री दे भी मेरे को सिर्फ दो फैक्टर्स बने हैं फर्स्ट कि बने वन और सैकेंड इट तो के इट् सैल्फ इस अलावा मैनू नहीं लगता कि थ्री किसी दे भी फैक्टर होएगा ठीक है तो इसलिए मैं कह सकती कि जो थ्री है वो भी की है जी प्राइम नंबर है क्योंकि ये सिर्फ किन्ने फैक्टर्स है टू फैक्टर्स है ठीक है अगर अगर आप फोर वाल तो फोर के किन्ने फैक्टर्स बनते हैं मैं फोर के फैक्टर्स बनाए देखो फोर वन के टेबल पर भी है टू द टेबल पर भी है और नाल फोर के टेबल पर भी है ਹੁਣ ਇਥੇ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਕਿ 4 ਪ੍ਰਾਈਮ ਨੰਬਰ ਹੈ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਇਥੇ ਜੋ 2 ਹੈ ਉਹ ਵੀ ਆ ਰਿਹਾ ਮਤਲਬ ਤਿੰਨ ਫੈਕਟਰ ਆ ਰਹੇ ਆ 1 2 3 ਤਿੰਨ ਫੈਕਟਰ ਆ ਰਹੇ ਆ ਅਗਰ ਤਿੰਨ ਫੈਕਟਰ ਆ ਰਹੇ ਤਾਂ ਮੈਨੂੰ ਤਾਂ ਦੋ ਹੀ ਚਾਹੀਦੇ ਸੀ ਇੱਕ ਵਨ ਚਾਹੀਦਾ ਸੀ ਕਿ ਇਟਸੈਲਫ ਚਾਹੀਦਾ ਸੀ ਠੀਕ ਹੈ ਜਾਂ ਫਿਰ ਦੂਜੇ ਸ਼ਬਦ ਚ ਕਹੀਏ ਕਿ 4 ਆਪਣੇ ਆਪ ਦੋ ਇਲਾਵਾ किसे होर टेबल च भी आ रहा है कि टेबल दे से आ रहा है टू दे टेबल दे चा रहा है जो कि प्राइम नंबर की कंडीशन की है सिर्फ खुद के टेबल आना चाहता वह जवान के दे टेबल देना दे दे चाहता है ठीक है तो इतने अपने को हो गया फोर की हो गया जो प्राइम नंबर नहीं हो अगर आप गल करिए नैक्सट विच फाइव हूँ मैं फाइव तो के फैक्टर्स बनावा तो फाइव के किटर्स बनन वन बनेगा तो उसके बाद फाइव बनेगा ਠੀਕ ਹੈ ਹੁਣ ਇਹਦੇ ਵੀ ਕਿੰਨੇ ਹੋਗੇ ਸਿਰਫ ਦੋ ਹੋਗੇ ਅਗਰ ਸਿਰਫ ਦੋ ਹੋਗੇ ਮਤਲਬ 1 ਐਂਡ ਇਟਸੈਲਫ ਵਾਲੀ ਕੰਡੀਸ਼ਨ ਅਪਲਾਈ ਹੋਗੀ ਇਹਨਾਂ ਦੋਨੋਂ ਤੋਂ ਇਲਾਵਾ 5 ਕਿਸੇ ਦੇ ਟੇਬਲ ਤੇ ਨਹੀਂ ਹੈਗਾ ਦੈਟਸ ਮੀਨ 5 ਵੀ ਕੀ ਹੈ ਜੀ ਇੱਕ ਪ੍ਰਾਈਮ ਨੰਬਰ ਹੈ ਅੱਗੇ ਅਗਰ ਆਪਾਂ ਗੱਲ ਕਰੀਏ 6 ਦੀ ਤਾਂ 6 ਦੇ ਕਿੰਨੇ ਫੈਕਟਰਸ ਬਣਨਗੇ 6 ਦੇ ਫੈਕਟਰਸ ਬਣਨਗੇ 1 2 ਦੇ ਟੇਬਲ ਤੇ ਵੀ 6 ਹੈਗਾ 3 ਦੇ ਟੇਬਲ ਤੇ ਵੀ 6 ਹੈਗਾ ਔਰ 6 ਆਪਣੇ ਟੇਬਲ ਤੇ ਵੀ ਹੈਗਾ ਤਿੰਨ ਸਭ ਦੇ ਉੱਪਰ 6 ਆਉਂਦਾ ਹੈ तो अगर आप गल करिए कि हो गए फोर हो गए मैनू किन्ने चाहिए से टू चाहिए सीता मतलब जो सिक्स है वह प्राइम नंबर नहीं है ठीक है क्योंकि ये किन्ने फैक्टर्स हो गए मोर दैन टू फैक्टर्स हो गए और मतलब सिंपल अगर आप कही प्रैक्टिकल लैंगुएज मतलब यह अपने आप तो इलावा होर टेबल्स से भी आंता है हो होर नंबर नाल भी डिवाइड होंगे गल करिए सैवन दी तो सैवन के किन्ने फैक्टरस बनन एक वन बनेगा एक सैवन बनेगा ਹੁਣ 1 ਤੇ 7 ਤੋਂ ਇਲਾਵਾ 7 ਦਾ ਕੋਈ ਵੀ ਫੈਕਟਰ ਤੁਹਾਨੂੰ ਨਜ਼ਰ ਨਹੀਂ ਆਏਗਾ ਤੇ ਇਸ ਦਾ ਮਤਲਬ ਇਹ ਦੋਨੋਂ ਕੀ ਹਨ ਨਾਟ ਪ੍ਰਾਈਮ ਨੰਬਰ ਹਨ ਠੀਕ ਹੈ ਪ੍ਰਾਈਮ ਨੰਬਰ ਨਹੀਂ ਹੁੰਦੇ ਸੌਰੀ ਪ੍ਰਾਈਮ ਨੰਬਰ ਹੈ ਕਿਉਂ ਹੈ ਪ੍ਰਾਈਮ ਨੰਬਰ ਕਿਉਂਕਿ ਇਹਦੇ ਵਿੱਚ 1 ਐਂਡ ਇਟਸੈਲਫ ਦੋਨੋਂ ਹੀ ਨੇ ਮਤਲਬ 1 ਵੀ ਹੈ ਔਰ 7 ਵੀ ਹੈ ਇਸ ਤੋਂ ਇਲਾਵਾ ਹੋਰ ਕੋਈ ਨੰਬਰ ਨਹੀਂ ਹੈ ਤੇ ਇਹ ਕੀ ਹੋਏਗਾ ਪ੍ਰਾਈਮ ਨੰਬਰ ਹੋਏਗਾ ਨੈਕਸਟ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਨੈਕਸਟ ਨੰਬਰ ਸਿਗਾ 8 ਔਰ ਉਸ ਤੋਂ ਬਾਅਦ ਵਾਲਾ ਨੰਬਰ ਸਿਗਾ 9 ਹੁਣ 8 ਦੇ ਆਪ ਫੈਕਟਰਸ ਅਗਰ ਬਣਾਈਏ ਤਾਂ 8 ਦੇ ਕਿਹੜੇ ਕਿਹੜੇ ਫੈਕਟਰਸ ਬਣਨਗੇ ਜੀ ਆਪਣੇ ਕੋਲ ਸਭ ਤੋਂ ਪਹਿਲਾਂ ਤਾਂ 1 ਬਨੇਗਾ 2 ਬਨੇਗਾ 4 ਬਨੇਗਾ ਤੇ 8 ਬਨੇਗਾ ਠੀਕ ਹੈ ਮਤਲਬ ਇਹ ਚਾਰ ਫੈਕਟਰਸ ਤੁਹਾਨੂੰ 8 ਦੇ ਨਜ਼ਰ ਆਣਗੇ ਤਾਂ ਤੁਹਾਨੂੰ ਆਪਣੇ ਆਪ ਇਹਦਾ ਜਵਾਬ ਮਿਲ ਗਿਆ ਕਿ ਪ੍ਰਾਈਮ ਨੰਬਰ ਹੈ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਇਸੇ ਮੋਰ ਦਨ ਕਿੰਨੇ ਫੈਕਟਰ ਹਨ टू फैक्टर्स हम अगे जो नाइन है इन खुद तुम तो अपने आप ट्राई करो अपनी नोटबुक तुम तो लेकर बैठे होगे तो बिल्कुल उसमें सॉल्व करके देखो येड़े दे कि फैक्टर्स आएंगे ये फैक्टर्स आन गए वन थ्री नाइन मोर दैन वन फैक्टर हो गए अगर मोर दैन वन फैक्टर हो गए तो यह की है प्राइम नंबर नहीं है ठीक है जो दूजे शब्द थोड़ा आ, शार्प माइंड अगर थोड़ा फास्टली करके देखिए तो कि होगा नाइन नाइन तो इलावा थ्री द टेबल पर भी आंता है थ्री न डिवाइड भी होंगे है इसलिए यह की है प्राइम नंबर नहीं है तो दोनों मैथड्सोरी प्राइम नंबर दू फुलसैप्ट जो है क्लीयर हो गया होगा प्राइम नंबर की होंगे जिन्हें सिर्फ दो फैक्टर हो फिर जो किसी होरबर डिवाइड ना होंगे होड हु के वन खुद न ठीक है वन प्राइम नंबर नहीं होंगे यद रीजन भी मैं दस चुकी हूँ ਇੱਕ ਕੁਐਸਚਨ ਇਹਦੇ ਵਿੱਚ ਉਹ ਬੰਦਾ ਹੈ ਕਿ ਈਵਨ ਪ੍ਰਾਈਮ ਨੰਬਰ ਕਿਹੜਾ ਹੁੰਦਾ ਹੈ ਦੇਖੋ ਤੁਸੀਂ ਨਾ نکال ਕੇ ਦੇਖੋ 100 ਤੱਕ ਦੇ ਪ੍ਰਾਈਮ ਨੰਬਰਸ ਤੇ ਤੁਸੀਂ ਇਹ ਦੇਖੋਗੇ ਕਿ 100 ਤੱਕ ਜਿੰਨੇ ਵੀ 100 ਤੱਕ ਨਹੀਂ ਮਤਲਬ ਜਿੰਨੇ ਵੀ ਅੱਗੇ ਵੀ ਤੁਸੀਂ ਕੱਢ ਲਓਗੇ ਜਿੱਥੇ ਤੱਕ ਪੋਸੀਬਲ ਹੈ ਜਿਹੜਾ ਵੀ ਪ੍ਰਾਈਮ ਨੰਬਰ ਹੋਏਗਾ ਉਹ ਸਾਰੇ ਦੇ ਸਾਰੇ ਕੀ ਹੋਣਗੇ ਜੀ ਔਡ ਹੋਣਗੇ ਈਵਨ ਨੰਬਰ ਪ੍ਰਾਈਮ ਨੰਬਰ ਨਹੀਂ ਹੁੰਦਾ ਸਾਰੇ ਦੇ ਸਾਰੇ ਜੋ ਪ੍ਰਾਈਮ ਨੰਬਰਸ ਹੁੰਦੇ ਨੇ ਉਹ ਔਡ ਹੁੰਦੇ ਨੇ ਸਿਰਫ ਇੱਕ ਨੰਬਰ ਨੂੰ ਛੱਡ ਕੇ ਕਿਹਨੂੰ ਛੱਡ ਕੇ 2 ਨੂੰ ਛੱਡ ਕੇ ਸਭ ਤੋਂ ਸਮੋਲੇਸਟ ਪ੍ਰਾਈਮ ਨੰਬਰ ਕਿਹੜਾ ਹੁੰਦਾ 2 ਕੁਐਸਚਨਸ ਬੋਲ ਰਹੀਆਂ ਮੈਂ ਇਹ ਇਹਨਾਂ ਨੂੰ ਲਿਖ ਸਕਦੇ ਹੋ ਤਾਂ ਲਿਖ ਲੋ ਠੀਕ ਹੈ ਦ ਸਮੋਲੇਸਟ ਪ੍ਰਾਈਮ ਨੰਬਰ ਕਿਹੜਾ ਹੁੰਦਾ 2 ਤੇ ਅਗਰ ਤੁਹਾਨੂੰ ਪੁੱਛਿਆ ਜਾਂਦਾ ਕਿ ਈਵਨ ਪ੍ਰਾਈਮ ਨੰਬਰ ਕਿਹੜਾ ਹੁੰਦਾ ਈਵਨ ਪ੍ਰਾਈਮ ਨੰਬਰ ਵੀ ਕਿਹੜਾ ਹੁੰਦਾ 2 2 ਤੋਂ ਇਲਾਵਾ ਕੋਈ ਵੀ ਪ੍ਰਾਈਮ ਨੰਬਰ ਐਦਾਂ ਦਾ ਤੁਹਾਨੂੰ ਨਜ਼ਰ ਨਹੀਂ ਆਏਗਾ ਜੋ ਈਵਨ ਹੋਏਗਾ ਸਾਰੇ ਦੇ ਸਾਰੇ ਆਡ ਹੋਣਗੇ ਠੀਕ ਹੈ ਜੀ ਤਾਂ ਈਵਨ ਪ੍ਰਾਈਮ ਨੰਬਰ ਵੀ 2 ਹੁੰਦਾ ਸਮੋਲੇਸਟ ਪ੍ਰਾਈਮ ਨੰਬਰ ਵੀ 2 ਹੁੰਦਾ ਅਗਰ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਸਮੋਲੇਸਟ ਆਡ ਪ੍ਰਾਈਮ ਨੰਬਰ ਕਿਹੜਾ ਹੋਏਗਾ ਤਾਂ ਸਮੋਲੇਸਟ ਆਡ ਪ੍ਰਾਈਮ ਨੰਬਰ ਹੋਏਗਾ ਤੁਹਾਡੇ ਕੋਲ 3 ਠੀਕ ਹੈ ਓਨਲੀ ਈਵਨ ਪ੍ਰਾਈਮ ਨੰਬਰ ਕਿਹੜਾ ਹੋਏਗਾ 2 ਦੁਬਾਰਾ ਰਿਪੀਟ ਕਰ ਰਹੀਆਂ ਕਿ 2 ਤੋਂ ਇਲਾਵਾ ਕੋਈ ਵੀ ਪ੍ਰਾਈਮ ਨੰਬਰ ਈਵਨ ਨਹੀਂ ਹੁੰਦਾ ਸਾਰੇ ਦੇ ਸਾਰੇ ਕੀ ਹੁੰਦੇ ਆ ਜੀ ਔੜ ਹੁੰਦੇ ਆ ਠੀਕ ਹੈ ਤੇ ਕੁਛ ਇੱਕ ਮੇਰੇ ਮਾਈਂਡ ਦੇ ਵਿੱਚ ਕੁਝ ਚੀਜ਼ਾਂ ਨੇ ਜੋ ਮੈਂ ਤੁਹਾਨੂੰ ਦੱਸਣਾ ਚਾਹਣੀ ਕਿ ਲਾਈਕ 1 ਤੋਂ 50 ਕਿੰਨੇ ਪ੍ਰਾਈਮ ਨੰਬਰਸ ਨੇ ਮੈਂ ਚਾਹਨੀ ਹਾਂ ਇਹਨਾਂ ਨੂੰ ਤੁਸੀਂ ਖੁਦ ਸੋਲਵ ਕਰੋ ਇਹਦੇ ਨਾਲ ਤੁਹਾਡਾ ਪ੍ਰਾਈਮ ਨੰਬਰ ਦਾ concept ਵੀ ਕਲੀਅਰ ਹੋਏਗਾ ਨਾਲ ਨਾਲ ਤੁਹਾਡੀ ਪ੍ਰੈਕਟਿਸ ਵੀ ਹੋਏਗੀ ਨਾਲ ਨਾਲ ਤੁਹਾਨੂੰ ਕੁਐਸਚਨਸ ਦੇ ਆਨਸਰ ਵੀ ਮਿਲ ਜਾਣਗੇ ਠੀਕ ਹੈ ਹੋਰ ਅਜਿਹੇ ਕੁਐਸਚਨ ਆ ਜਾਂਦੇ ਆ ਕਿ 1 ਤੋਂ 50 ਪ੍ਰਾਈਮ ਨੰਬਰਸ ਕਿੰਨੇ ਆ 1 ਤੋਂ 100 ਕਿੰਨੇ ਪ੍ਰਾਈਮ ਨੰਬਰਸ ਹੈ 1 ਤੋਂ 1000 ਕਿੰਨੇ ਪ੍ਰਾਈਮ ਮਤਲਬ ਜੇ ਇਹਦੇ ਕੁਐਸਚਨ ਆ ਜਾਂਦੇ ਹੈ ਤੇ ਮੈਂ ਚਾਹਨੀ ਹੈ ਜਿਵੇਂ 1 ਤੋਂ 150 ਵੀ ਤੁਸੀਂ ਦੇਖੋ 1 ਤੋਂ 100 ਕਿੰਨੇ ਪ੍ਰਾਈਮ ਨੰਬਰਸ ਹੈ ਇਹਨੂੰ ਤੁਸੀਂ ਸੋਲਵ ਕਰੋ ਡਿਸਕਸ ਕਰਾਂਗੇ ਕੱਲ ਨੂੰ ਕਿ ਕਿਹੜੇ-ਕਿਹੜੇ ਨੰਬਰਸ ਹੈ ਕਿਹੜੇ-ਕਿਹੜੇ ਨਹੀਂ ਹੈ ਪ੍ਰਾਈਮ ਨੰਬਰ ਦੇ ਵਿੱਚ ਠੀਕ ਹੈ ਅੱਜ ਲਈ ਤੁਸੀਂ ਇਹਨਾਂ ਨੂੰ ਸੋਲਵ ਕਰੋ ਤੇ ਦੇਖੋ ਕਿਹੜੇ-ਕਿਹੜੇ ਨੰਬਰਸ ਹੈ ਕਿ ਜੋ 1 ਤੋਂ 150 ਕਾਊਂਟਿੰਗ ਦੇ ਵਿੱਚ ਆਉਂਦੇ ਹੈ ਜਾਂ ਫਿਰ 1 ਤੋਂ 100 ਦੇ ਵਿੱਚ ਆਉਂਦੇ ਹੈ ਠੀਕ ਹੈ 1 ਤੋਂ 25 ਵੀ ਤੁਸੀਂ ਇਹਦੇ ਨਾਲ ਐਡ ਕਰ ਸਕਦੇ ਹੋ 1 ਤੋਂ 25 ਕਿੰਨੇ ਪ੍ਰਾਈਮ ਨੰ ਬਟ ਇਹਨਾਂ ਨੂੰ ਸੋਲਵ ਕਰਕੇ ਤੁਸੀਂ ਅੱਜ ਹੀ ਦੇਖੋਗੇ ਕੰਪਲੀਟਲੀ ਨੈਕਸਟ ਅਗਰ ਮੈਂ ਤੁਹਾਡਾ ਨਾਲ ਗੱਲ ਕਰਾਂ ਇਸ ਤੋਂ ਬਾਅਦ ਜੋ ਨੰਬਰ ਹੁੰਦੇ ਆ ਉਹ ਕਿਹੜੇ ਨੰਬਰ ਹੁੰਦੇ ਆ ਜੇ ਕੰਪੋਜ਼ਿਟ ਨੰਬਰ ਹੁੰਦੇ ਆ ਹੁਣ ਕੰਪੋਜ਼ਿਟ ਨੰਬਰ ਕਿਹੜੇ ਹੁੰਦੇ ਆ ਸਿੰਪਲ ਸ਼ਬਦਾਂ ਦੇ ਵਿੱਚ ਜੋ ਨੰਬਰ ਪ੍ਰਾਈਮ ਨਹੀਂ ਹੁੰਦਾ ਉਹ ਨੰਬਰ ਕੀ ਹੁੰਦਾ ਕੰਪੋਜ਼ਿਟ ਹੁੰਦਾ ਫਿਰ ਇਹਦੇ ਅਕੋਰਡਿੰਗ ਤਾਂ 1 ਮੇਰੇ ਕੋਲ ਪ੍ਰਾਈਮ ਨੰਬਰ ਨਹੀਂ ਸੀ ਤਾਂ 1 ਮੇਰੇ ਕੋਲ ਕੰਪੋਜ਼ਿਟ ਨੰਬਰ ਹੋਊਗਾ ਗਲਤ ਜੋ ਡੈਫੀਨੇਸ਼ਨ ਤੁਹਾਡੇ ਮਾਈਂਡ ਦੇ ਵਿੱਚ ਹੁੰਦੀ ਹੈ ਨਾ ਕਿ ਜੋ ਨੰਬਰ ਪ੍ਰਾਈਮ ਨਹੀਂ ਹੈ ਉਹ ਨੰਬਰ ਕੰਪੋਜ਼ਿਟ ਹੋਊਗਾ ਇਹ ਬਾਕੀ ਨੰਬਰ ਤੇ ਤਾਂ ਲਾਗੂ ਹੁੰਦੀ ਆ ਪਰ ਇਹ 1 ਤੇ ਨਹੀਂ ਲਾਗੂ ਹੁੰਦੀ ਸੋ ਇਸ ਨੂੰ ਆਪਾਂ ਬਿਲਕੁਲ ਸਹੀ ਡੈਫੀਨੇਸ਼ਨ ਨਹੀਂ ਕਹਿ ਸਕਦੇ ਤਾਂ ਸਹੀ ਡੈਫੀਨੇਸ਼ਨ ਇਹਦੀ ਕੀ ਹੁੰਦੀ ਹੈ ਸਹੀ ਡੈਫੀਨੇਸ਼ਨ ਇਹਦੀ ਇਹ ਹੁੰਦੀ ਹੈ ਕਿ ਉਹ ਨੰਬਰ ਜਿੰਨਾ ਦੇ ਮੋਰ ਦੈਨ 2 ਫੈਕਟਰਸ ਹੋਣ ਜਿੰਨਾ ਦੇ 2 ਤੋਂ ਜ਼ਿਆਦਾ ਫੈਕਟਰ ਹੋਣ ਮਤਲਬ 2 ਤੋਂ ਜ਼ਿਆਦਾ ਮਤਲਬ 3 ਹੋਣ 4 ਹੋਣ 5 ਹੋਣ 6 ਹੋਣ ਅਪਰੋਸ ਹੋਣ ਜਿੰਨੇ ਮਰਜ਼ੀ ਫੈਕਟਰ ਹੋਣ ਉਹ ਨੰਬਰ ਕਿਹੜੇ ਹੁੰਦੇ ਆ ਕੰਪੋਜ਼ਿਟ ਨੰਬਰ ਹੁੰਦੇ ਆ ਹੁਣ ਇੱਥੇ ਵੀ ਉਹ ਗਰ ਆਪਾਂ ਕਾਊਂਟਿੰਗ ਨਾ ਕਲੀਅਰ ਕਰੀਏ ਤਾਂ 1 2 ਸੋਰੀ ਇੱਥੇ ਨਹੀਂ ਕਿਲ ਆ 1 2 3 4 5 6 7 8 9 10 ਲੈ ਲੋ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ 1 ਚੱਕੂਗੀ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਕਿ 1 ਦੇ ਕਿੰਨੇ ਫੈਕਟਰਸ ਹੁੰਦੇ ਆ ਜੀ 1 ਹੁੰਦੇ ਆ ਪਰ ਮੈਨੂੰ ਤਾਂ 2 ਤੋਂ ਜ਼ਿਆਦਾ ਚਾਹੀਦੇ ਆ ਇਹ ਤਾਂ 2 ਤੋਂ ਵੀ ਘੱਟ ਹੈ ਠੀਕ ਹੈ ਤੇ ਇਹ ਅਨਸਰ ਨਹੀਂ ਰਹਿਣ ਵਾਲਾ ਕਿਉਂ ਨਹੀਂ ਰਹਿਣ ਵਾਲਾ ਕਿਉਂਕਿ ਮੈਨੂੰ ਮੋਰ ਦੈਨ 2 ਫੈਕਟਰ ਚਾਹੀਦੇ ਆ ਇਹ ਹੀ ਇੱਕ ਕਾਰਨ ਹੈ ਜਿਹਦੇ ਕਰਕੇ 1 ਪ੍ਰਾਈਮ ਨੰਬਰ ਵੀ ਨਹੀਂ ਹੈ ਔਰ ਕੰਪੋਜ਼ਿਟ ਨੰਬਰ ਵੀ ਨਹੀਂ ਹੈ ਠੀਕ ਹੈ ਅੱਗੇ ਅਗਰ ਆਪਾਂ ਵਧੀਏ ਅੱਗੇ ਆ ਜਾਂਦੇ ਜੇ 2 2 ਹੁਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪ੍ਰਾਈਮ ਨੰਬਰ ਹੈ ਜੇ ਮੈਂ ਇਹ ਫੈਕਟਰਸ ਕਰ ਦੂੰਗੀ ਤਾਂ ਕਿਹੜੇ ਫੈਕਟਰਸ ਬਣਨਗੇ 1 ਤੇ 2 ਦੋ ਫੈਕਟਰਸ ਬਣਨਗੇ ਜਰ ਕਿ ਮੈਨੂੰ ਤਾਂ ਦੋ ਤੋਂ ਜ਼ਿਆਦਾ ਚਾਹੀਦੇ ਨੇ ਅਗਰ ਇਹਦੇ ਦੋ ਫੈਕਟਰ ਵੰਡਲੇ ਨੇ 1 ਐਂਡ ਇਟਸੈਲਫ ਤਾਂ ਇਹ ਕੀ ਐ ਪ੍ਰਾਈਮ ਨੰਬਰ ਐ ਬਟ ਮੈਨੂੰ ਦੋ ਤੋਂ ਜ਼ਿਆਦਾ ਚਾਹੀਦੇ ਨੇ ਹੁਣ ਆਪਾਂ ਗੱਲ ਕਰ ਰਹੇ ਹਾਂ ਕੰਪੋਜ਼ਿਟ ਦੀ ਤਾਂ 2 ਕੀ ਐ ਕੰਪੋਜ਼ਿਟ ਨੰਬਰ ਨਹੀਂ ਐ 2 ਕੀ ਐ ਪ੍ਰਾਈਮ ਨੰਬਰ ਐ ਠੀਕ ਐ ਅੱਗੇ ਅਗਰ ਆਪਾਂ ਗੱਲ ਕਰੀਏ 3 ਦੀ 3 ਤੇ ਵੀ ਸੇਮ ਚੀਜ਼ ਲਾਗੂ ਹੁੰਦੀ ਐ 3 ਤੇ 1 2 ਫੈਕਟਰ ਜਿਹੜੇ ਬੰਦੇ ਆ ਪਰ ਮੈਨੂੰ ਦੋ ਤੋਂ ਜ਼ਿਆਦਾ ਚਾਹੀਦੇ ਆ ਠੀਕ ਐ 3 ਕੀ ਇੱਕ ਪ੍ਰਾਈਮ ਨੰਬਰ ਐ ਕਿਉਂਕਿ ਇਹਦੇ 1 ਐਂਡ ਇਟਸੈਲਫ ਦੋ ਹੀ ਫੈਕਟਰਸ ਬੰਦੇ ਆ ਅੱਗੇ ਅਗਰ ਆਪਾਂ ਗੱਲ ਕਰੀਏ 4 ਦੀ ਤਾਂ 4 ਸੌਰੀ ਅੱਗੇ ਅਗਰ ਆਪਾਂ ਗੱਲ ਕਰੀਏ 4 ਦੀ ਤਾਂ 4 ਦੇ ਕਿੰਨੇ ਫੈਕਟਰਸ ਬੰਦੇ ਆਂ ਜੀ 4 ਦੇ ਫੈਕਟਰਸ ਬੰਦੇ ਆਂ 1 2 4 ਹੁਣ ਇੱਥੇ ਆ ਗਿਆ ਮੇਰੇ ਕੋਲ ਇਹ ਕੰਪੋਜ਼ਿਟ ਨੰਬਰ ਕਿਵੇਂ ਆ ਗਿਆ ਕੰਪੋਜ਼ਿਟ ਨੰਬਰ ਕਿਉਂਕਿ ਇੱਥੇ ਮੇਰੇ ਕੋਲ ਕੀ ਆ ਮੋਰ ਥੈਨ 2 ਫੈਕਟਰ ਹੈ ਤਿੰਨ ਫੈਕਟਰਸ ਇੱਥੇ ਮੇਰੇ ਕੋਲ ਬਣ ਰਿਹਾ 1 2 3 ਮੈਨੂੰ ਵੀ 2 ਤੋਂ ਜ਼ਿਆਦਾ ਹੀ ਚਾਹੀਦੇ ਸੀਗੇ ਐਂ ਠੀਕ ਹੈ ਤੇ ਇਸ ਲਈ ਮੈਂ ਕਹਿ ਸਕਦੀ ਆ 4 ਕੀ ਹੈਗਾ ਕੰਪੋਜ਼ਿਟ ਨੰਬਰ ਹੈ ਅੱਗੇ ਅਗਰ ਆਪਾਂ ਗੱਲ ਕਰੀਏ 5 ਦੀ ਤਾਂ 5 ਦੇ ਵਿੱਚ ਕੀ ਦੇਖਦੇ ਆਪਾਂ 5 ਦੇ ਕਿੰਨੇ ਫੈਕਟਰਸ ਬੰਦੇ ਆ 5 ਦੇ ਵੀ ਸਿਰਫ ਦੋ ਹੀ ਫੈਕਟਰਸ ਬੰਦੇ ਆ ਕਿਹੜੇ ਕਿਹੜੇ ਦੋ ਫੈਕਟਰਸ ਬੰਦੇ ਆ 1 ਐਂਡ 5 ਤੇ ਇਸ ਲਈ ਕਿਹਾ ਜਾ ਸਕਦਾ ਕਿ 1 ਐਂਡ 5 ਹੋਣ ਕਰਕੇ ਇਹ ਦੋਨੋਂ ਕੀ ਹੈ ਪ੍ਰਾਈਮ ਨੰਬਰ ਹੈ ਮਤਲਬ ਸਿਰਫ ਦੋ ਫੈਕਟਰਸ ਹੈ ਇਹ ਕੰਪੋਜ਼ਿਟ ਨੰਬਰ ਨਹੀਂ ਬੰਦੇ ਹੁਣ ਤੁਸੀਂ ਇਹਨੂੰ ਥੋੜਾ ਆਲ ਲਈ ਕਰੋ 6 ਦੀ ਅਗਰ ਆਪਾਂ ਗੱਲ ਕਰੀਏ ਤਾਂ 6 ਦੇ ਕਿੰਨੇ ਫੈਕਟਰਸ ਬੰਦੇ ਆ थ्री फैक्टर्स बनते हैं फोर फैक्टर्स बनते हैं सॉरी सिक्स के किन्ने फैक्टर्स बनते हैं फोर केन टू थ्री ते सिक्स मोर दैन टू हो गए अगर मोर दैन टू फैक्टर हो गए तो मतलब सिक्स मेरे को है जी कॉम्पोजिट नंबर है नैक्सट अगर आप गल करिए सैवन सैवन तो सू सबू ही क्लीयर है कि किन्ने फैक्टर्स बनने सैवन दे वन एंड सैवन सिर्फ दो फैक्टर्स बनने के मतलब ये मेरे को प्राइम नंबर है कॉम्पोजिट नंबर नहीं है ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਨੰਬਰ ਪ੍ਰਾਈਮ ਨਹੀਂ ਹੁੰਦਾ ਉਹ ਕੰਪੋਜ਼ਿਟ ਹੁੰਦਾ ਇਹ ਸਾਰਿਆਂ ਤੇ ਅਪਲਾਈ ਹੁੰਦਾ ਬਟ 1 ਨੂੰ ਛੱਡ ਕੇ ਤਾਂ ਉਹ ਚੀਜ਼ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਤੋਂ ਬਾਅਦ 8 ਜੋ ਹੋਏਗਾ ਉਹ ਤੁਹਾਡੇ ਕੋਲ ਕੀ ਹੋਏਗਾ ਪ੍ਰਾਈਮ ਜੋ ਕੰਪੋਜ਼ਿਟ ਕੰਪੋਜ਼ਿਟ ਨੰਬਰ ਹੋਏਗਾ ਕਿਉਂਕਿ ਇਹਦੇ ਵੀ ਕੀ ਨੇ ਜੇ ਦੋ ਤੋਂ ਜ਼ਿਆਦਾ ਫੈਕਟਰਸ ਬੰਦੇ ਨੇ 9 ਦੇ ਵੀ ਆਪਾਂ ਫੈਕਟਰਸ ਦੇਖ ਚੁੱਕੇ ਹਾਂ ਦੋ ਤੋਂ ਜ਼ਿਆਦਾ ਹੁੰਦੇ ਨੇ ਕਿਹੜੇ ਕਿਹੜੇ ਫੈਕਟਰਸ ਹੁੰਦੇ ਨੇ 1 3 ਤੇ 9 ਤਾਂ ਬਿਲਕੁਲ ਇਹ ਵੀ ਕੀ ਹੈ ਇੱਕ ਕੰਪੋਜ਼ਿਟ ਨੰਬਰ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਪ੍ਰਾਈਮ ਨੰਬਰ ਤੇ ਕੰਪੋਜ਼ਿਟ ਨੰਬਰ ਨੂੰ ਦੇਖ ਸਕਦੇ ਹਾਂ ਡਿਟੇਲ ਦੇ ਵਿੱਚ ਉਰੇ ਤੁਸੀਂ ਆਪਣਾ ਪੂਰਾ ਬੇਸਿਕ ਕਲੀਅਰ ਕਰ ਲਓ ਜਦੋਂ ਆਪਾਂ ਅੱਗੇ ਕੁਐਸਚਨ ਕਰਾਂਗੇ ਤੁਸੀਂ ਉਹਨਾਂ ਦੇ ਫੈਕਟਰਸ ਨਹੀਂ ਬਣਾ ਕੇ ਦੇਖਣੇ ਤੁਹਾਡੇ ਮਾਈਂਡ ਦੇ ਵਿੱਚ ਹੋਣਾ ਚਾਹੀਦਾ ਏ ਇਹ ਪ੍ਰਾਈਮ ਨੰਬਰ ਹੈ ਇਹ ਕੰਪੋਜ਼ਿਟ ਨੰਬਰ ਹੈ ਇਸ ਲਈ ਮੈਂ ਤੁਹਾਨੂੰ ਦੱਸਿਆ ਸੀ ਕਿ 1 ਤੋਂ 100 ਆਪਣੇ ਪ੍ਰਾਈਮ ਨੰਬਰਸ ਲਿਖੋ ਤਾਂ ਕਿ ਤੁਹਾਨੂੰ ਕਲੀਅਰ ਹੋਵੇ ਤੁਹਾਡੇ ਮਾਈਂਡ ਦੇ ਵਿੱਚ ਅਗਰ ਕੋਈ ਨੰਬਰ ਤੁਹਾਡੇ ਸਾਹਮਣੇ ਆ ਫੋਰ ਐਗਜ਼ਾਮਪਲ 49 ਹੈ ਤੁਸੀਂ ਇਹਨੂੰ ਦੇਖਦੇ ਹੀ ਕਹਿ ਦਿਓ ਜੀ ਇਹ ਕੀ ਹੈ ਇੱਕ ਕੰਪੋਜ਼ਿਟ ਨੰਬਰ ਹੈ ਠੀਕ ਹੈ ਉੱਥੇ ਤੁਹਾਨੂੰ ਇਦਾਂ ਨਹੀਂ ਐ ਇੰਨਾ ਟਾਈਮ ਨਹੀਂ ਹੋਏਗਾ ਤੁਹਾਡੇ ਕੋਲ ਇਗਜ਼ਾਮ ਦੇ ਵਿੱਚ ਕਿ ਤੁਸੀਂ ਇਹਨੂੰ ਪੂਰਾ ਸੋਲਵ ਕਰਕੇ ਦੇਖੋ ਤਾਂ ਫਰਸਟ ਸਪੈਸ਼ਲੀ 1 ਤੋਂ 100 ਤਾਂ ਤੁਹਾਡੇ ਮਾਈਂਡ ਦੇ ਵਿੱਚ ਹੋਣੇ ਹੀ ਚਾਹੀਦੇ ਆ ਕਿਹੜੇ-ਕਿਹੜੇ ਪ੍ਰਾਈਮ ਨੰਬਰਸ ਹੈ ਠੀਕ ਹੈ ਅੱਗੇ ਅਗਰ ਆਪਾਂ ਗੱਲ ਕਰੀਏ ਕੋਪ੍ਰਾਈਮ ਨੰਬਰਸ ਦੀ ਹੁਣ ਕੋਪ੍ਰਾਈਮ ਨੰਬਰਸ ਕਿਹੜੇ ਹੁੰਦੇ ਆ ਕੋਪ੍ਰਾਈਮ ਨੰਬਰਸ ਹੁੰਦੇ ਆ ਉਹ ਨੰਬਰਸ ਜਿਨ੍ਹਾਂ ਦੇ ਵਿੱਚ ਮੇਰੇ ਕੋਲ ਇੱਕ ਪੇਅਰ ਹੁੰਦਾ ਠੀਕ ਹੈ ਇੱਥੇ ਮੇਰੇ ਕੋਲ ਦੋ ਨੰਬਰਸ ਹੁੰਦੇ ਆ ਇੱਕ ਪੇਅਰ ਹੁੰਦਾ ਪੂਰਾ ਔਰ ਇਸ ਪੇਅਰ ਦੇ ਵਿੱਚ ਕੀ ਚੀਜ਼ ਹੁੰਦੀ ਹੈ ਜੀ ਆਪਣੇ ਕੋਲੇ ਇਹਨਾਂ ਦੋਨਾਂ ਦਾ ਐਚसीएफ ਕੀ ਆਣਾ ਚਾਹੀਦਾ 1 ਆਣਾ ਚਾਹੀਦਾ ਹੁਣ ਐਚसीएफ ਕਿਦਾਂ ਮੰਨ ਲਓ ਮੇਰੇ ਕੋਲ ਫਸਟ ਐਗਜ਼ਾਮਪਲ ਕੀ ਹੈ 2 ਤੇ 3 ਹੈ ਮੈਨੇ 2 ਦੇ ਫੈਕਟਰ ਕੱਢੇ ਕਿਹੜੇ ਕਿਹੜੇ ਫੈਕਟਰ ਆ ਗਏ 1 ਤੇ 2 ਆ ਗਿਆ ਮੈਨੇ 3 ਦੇ ਫੈਕਟਰ ਕੱਢੇ ਕਿਹੜੇ ਕਿਹੜੇ ਫੈਕਟਰ ਆ ਗਏ 1 ਤੇ 3 ਆ ਗਿਆ ਮੈਨੇ ਇਹਨਾਂ ਦੋਨਾਂ ਦੇ ਵਿੱਚ ਦੇਖਿਆ ਕਿ ਮੇਰੇ ਕੋਲ ਕਾਮਨ ਕੀ ਹੈ ਕਾਮਨ ਮਤਲਬ ਦੋਨਾਂ ਦੇ ਵਿੱਚ ਸੇਮ ਕੀ ਹੈ ਤਾਂ ਮੇਰੇ ਕੋਲ ਦੋਨਾਂ ਦੇ ਵਿੱਚ ਕਾਮਨ ਕੀ ਹੈ 1 ਹੈ ਅਗਰ ਮੇਰੇ ਕੋਲ ਦੋਨਾਂ ਦੇ ਵਿੱਚ ਕਾਮਨ 1 ਹੈ ਇਸ ਤੋਂ ਇਲਾਵਾ ਮੇਰੇ ਕੋਲ ਕੁਝ ਵੀ ਨਹੀਂ ਹੈ ਕਾਮਨ ਤਾਂ ਸਿਰਫ ਇੱਕ ਵਨ ਹੀ ਆ ਰਿਹਾ ਨਾ ਦੋਨਾਂ ਦੇ ਵਿੱਚ ਸੇਮ ਮਤਲਬ ਦੋਨਾਂ ਦਾ ਐਚਸੀਐਫ ਕੀ ਆ ਗਿਆ 1 ਆ ਗਿਆ ਐਚਸੀਐਫ ਕੀ ਹੁੰਦਾ ਹੈ ਐਚਸੀਐਫ ਹੁੰਦਾ ਹੈ ਦੋ ਨੰਬਰਸ ਦਾ ਕਾਮਨ ਫੈਕਟਰ ਕਾਮਨ ਮਤਲਬ ਜਿਹੜਾ ਉਹਦੇ ਵਿੱਚ ਵੀ ਹੋਵੇ ਔਰ ਉਹਦੇ ਵਿੱਚ ਵੀ ਹੋਵੇ ਦੋਨਾਂ ਦੇ ਵਿੱਚ ਹੋਵੇ ਮੇਰੇ ਕਹਿੰਦਾ ਮਤਲਬ ਠੀਕ ਹੈ ਹੁਣ 2 ਤੇ 3 ਦਾ ਐਚਸੀਐਫ ਮੇਰੇ ਕੋਲ ਕੀ ਆ ਗਿਆ 1 ਹੋ ਗਿਆ ਤਾਂ ਇਹਦਾ ਮਤਲਬ ਜੋ 2 ਤੇ 3 ਆ ਉਹ ਕੀ ਹੋਏਗਾ ਕੋਪਰਾਈਮ ਨੰਬਰ ਹੋਏਗਾ ਹੁਣ ਇਹਦੇ ਵਿੱਚ ਇਹ ਨਹੀਂ ਜ਼ਰੂਰੀ ਕਿ ਦੋਨੋਂ ਨੰਬਰ ਪ੍ਰਾਈਮ ਹੋਣ ਬੱਚੇ ਦੇ ਮਨ 'ਚ ਇਹ ਵੀ ਹੁੰਦਾ ਕਿ ਕੋ ਪ੍ਰਾਈਮ ਦੇ ਵਿੱਚ ਦੋਨੋਂ ਨੰਬਰਸ ਆਪਣੇ ਕੋਲ ਪ੍ਰਾਈਮ ਹੋਣਗੇ ਬਿਲਕੁਲ ਨਹੀਂ ਜਿਵੇਂ ਕਿ ਸੈਕਿੰਡ ਐਗਜ਼ਾਮਪਲ ਮੈਂ ਸਪੈਸ਼ਲੀ ਇਸ ਲਈ ਲਈ ਹੈ 4 ਤੇ 5 ਦੀ 4 ਮੇਰੇ ਕੋਲ ਕੋਈ ਪ੍ਰਾਈਮ ਨੰਬਰ ਨਹੀਂ ਹੈ ਬਟ ਜੇਕਰ ਮੈਂ 4 ਦੇ ਫੈਕਟਰਸ ਕੱਢਦੀਆਂ ਤਾਂ ਬਿਲਕੁਲ ਕੀ ਬਣਦੇ ਆ 1 2 ਸੌਰੀ 1 2 ਤੇ 4 ਔਰ ਜਦੋਂ ਮੈਂ 5 ਦੇ ਫੈਕਟर्स ਕਰਦੀ ਹਾਂ ਤੇ ਕੀ ਬੰਦੇ ਆ 1 ਤੇ 5 ਦੋਨਾਂ ਦੇ ਵਿੱਚ ਕਾਮਨ ਕੀ ਆ ਰਿਹਾ 1 ਆ ਰਿਹਾ ਨਾ ਮੇਰੇ ਕੋਲ ਸਿਰਫ 1 ਆ ਰਿਹਾ ਕਾਮਨ ਤਾਂ ਮਤਲਬ ਮੈਂ ਕਹਿ ਸਕਦੀ ਹਾਂ ਕਿ ਜੋ 4 ਤੇ 5 ਨੇ ਉਹ ਕਿਨੇ ਕੋਪ੍ਰਾਈਮ ਨੇ ਆਪਸ ਦੇ ਵਿੱਚ ਕੋਪ੍ਰਾਈਮ ਨੇ ਦੋਨਾਂ ਦੇ ਵਿੱਚ ਕਾਮਨ ਦੇ ਵਿੱਚ ਕੁਝ ਨਹੀਂ ਹੈਗਾ 1 ਤੋਂ ਇਲਾਵਾ ਠੀਕ ਹੈ ਇਹਨਾਂ ਸੋਚਿਓ ਕਿ ਕੋਪ੍ਰਾਈਮ ਨੰਬਰ ਦੇ ਵਿੱਚ ਦੋਨੋਂ ਨੰਬਰਸ ਪ੍ਰਾਈਮ ਹੁੰਦੇ ਆ ਦਾ ਕੋਈ ਕੰਡੀਸ਼ਨ ਨਹੀਂ ਹੈ 4 ਵੀ ਕੀ ਹੈ ਕੰਪੋਜ਼ਿਟ ਨੰਬਰ ਹੈ ਨਾ ਪ੍ਰਾਈਮ ਤਾਂ ਨਹੀਂ ਹੈ ਬਟ ਜਦੋਂ ਮੈਂ ਇਹਨੂੰ 5 ਨਾਲ ਸੋਲਵ ਕਰਦੀ ਹਾਂ ਤਾਂ ਇਹਦਾ ਐਚਸੀਐਫ ਕੀ ਜਾਂਦਾ ਹੈ 1 ਆਂਦਾ ਹੈ ਅਗਰ ਇਹਦਾ ਜਿੱਥੇ 1 ਆਂਦਾ ਹੈ ਤਾਂ ਮੈਂ ਕਹਿ ਸਕਦੀ ਆ ਕਿ ਇਹ ਪੂਰਾ ਦਾ ਪੂਰਾ ਨੰਬਰ ਕੀ ਹੈ ਜੀ ਮਤਲਬ ਦੋਨੋਂ ਪੇਅਰਸ ਆਪਸ ਦੇ ਵਿੱਚ ਕੀ ਨੇ ਪੇਅਰਸ ਕਹਿੰਦੇ ਦੋਨੋਂ ਨੰਬਰਸ ਆਪਸ ਦੇ ਵਿੱਚ ਕੀ ਨੇ ਕੋ ਪ੍ਰਾਈਮ ਨੇ ਠੀਕ ਹੈ ਇਕ ਜੋ ਹੋਰ ਐਗਜ਼ਾਮਪਲ ਲੈਣੇ ਆ ਜਿਵੇਂ ਅਗਰ ਮੈਂ ਤੁਹਾਡੇ ਕੋਲ ਲਿਆ ਲਾ 4 ਤੇ 6 ਦੇ ਹੁਣ ਮੈਂ 4 ਦੇ ਫੈਕਟਰਸ ਬਣਾ ਲੇ 1 2 4 ਮੈਂ 6 ਦੇ ਵੀ ਫੈਕਟਰਸ ਬਣਾ ਲੇ 1 2 3 6 ਮੈਂ ਇਹਦੇ ਵਿੱਚ ਜਦੋਂ ਕਾਮਨ ਦੇਖਿਆ ਮੇਰੇ ਕੋਲ ਦੋ ਨੰਬਰ ਕਾਮਨ ਆ ਗਏ ਕਿਹੜੇ ਕਿਹੜੇ ਦੋ ਨੰਬਰ ਕਾਮਨ ਆ ਗਏ ਇੱਕ 1 ਆ ਗਿਆ ਇੱਕ 2 ਆ ਗਿਆ ਪਰ ਮੈਨੂੰ ਤਾਂ 2 ਚਾਹੀਦਾ ਹੀ ਨਹੀਂ ਮੈਨੂੰ ਤਾਂ ਸਿਰਫ ਕੀ ਚਾਹੀਦਾ 1 ਚਾਹੀਦਾ ਹਾਈਐਸਟ ਕਾਮਨ ਫੈਕਟਰ ਮੈਨੂੰ ਕੀ ਚਾਹੀਦਾ ਜੀ 1 ਚਾਹੀਦਾ ਐਚਐਸਐਫ ਕੀ ਚਾਹੀਦਾ 1 ਚਾਹੀਦਾ ਪਰ ਇੱਥੇ ਬਿਲਕੁਲ ਨਾਲ 2 ਵੀ ਆ ਰਿਹਾ ਹੈ ਤਾਂ ਇਹ ਦੋਨੋਂ ਜੋ ਇਹ ਪੂਰਾ ਇੱਕ ਪੇਅਰ ਹੈ ਇਹ ਦੋਨੋਂ ਜੋ ਨੰਬਰਸ ਨੇ ਇਹ ਕੋਪ੍ਰਾਈਮ ਨੰਬਰ ਨਹੀਂ ਹੈਗੇ ਕਿਉਂਕਿ ਇਹਦਾ ਜੋ ਕਾਮਨ ਫੈਕਟਰ ਹੈ ਉਹ 1 ਤੋਂ ਇਲਾਵਾ ਵੀ ਕੁਝ ਹੋਰ ਆ ਰਿਹਾ ਹੈ ਠੀਕ ਹੈ ਆਈ ਹੋਪ ਕੋ ਪ੍ਰਾਈਮ ਵਾਲਾ concept ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਦੋਨੋਂ ਪ੍ਰਾਈਮ ਹੋਣ ਵਾਲੀ ਕੋਈ ਕੰਡੀਸ਼ਨ ਨਹੀਂ ਹੈ ਇਹਦੇ ਵਿੱਚ ਕੰਪੋਜ਼ਿਟ ਨੰਬਰਸ ਵੀ ਆ ਸਕਦੇ ਨੇ ਕੰਡੀਸ਼ਨ ਸਿਰਫ ਇੰਨੀ ਹੈ ਕਿ ਜਿਹੜੇ ਨੰਬਰ ਨਾਲ ਪੇਅਰ ਹੈ ਉਹਦੇ ਨਾਲ ਜੋ ਐਚਸੀਐਫ ਹੈ ਉਹ ਮੇਰੇ ਕੋਲ ਕੀ ਹੋਣਾ ਚਾਹੀਦਾ 1 ਹੋਣਾ ਚਾਹੀਦਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਬਹੁਤ ਇੰਪੋਰਟੈਂਟ ਡੈਫੀਨੇਸ਼ਨ ਹੈ ਜਿਹਨੂੰ ਆਪਾਂ ਹੁਣ ਤੱਕ ਡਿਟੇਲ ਦੇ ਵਿੱਚ ਕੱਲੇ ਕੱਲੇ ਪਾਰਟ ਨੂੰ ਦੇਖ ਰਹੇ ਹਾਂ ਰੀਅਲ ਨੰਬਰ ਰੀਅਲ ਨੰਬਰ ਨੂੰ ਆਪਾਂ ਡਿਟੇਲ ਦੇ ਵਿੱਚ ਦੇਖ ਰਹੇ ਹਾਂ ਉਹਦੇ ਪਾਰਟਸ ਨੂੰ ਦੇਖ ਰਹੇ ਹਾਂ ਹੋਲ ਨੰਬਰ ਨੂੰ ਦੇਖ ਰਹੇ ਹਾਂ ਰੈਸ਼ੀਅਲ ਨੰਬਰ ਨੂੰ ਦੇਖ ਰਹੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਰੀਅਲ ਨੰਬਰ ਕਿਹਦੇ ਤੋਂ ਬਣਦਾ ਹੈ ਰੈਸ਼ੀਅਲ ਨੰਬਰ ਪਲੱਸ ਇਰੈਸ਼ੀਅਲ ਨੰਬਰ ਇਹਨਾਂ ਦੋਨਾਂ ਨੂੰ ਜਿੰਨੇ ਵੀ ਮੇਰੇ ਕੋਲ ਰੈਸ਼ੀਅਲ ਨੰਬਰ ਨੇ ਜਿੰਨੇ ਕਿ ਮੇਰੇ ਕੋਲ ਇਰੈਸ਼ੀਅਲ ਨੰਬਰ ਨੇ ਜੇ ਮੈਂ ਇਹਨਾਂ ਦੋਨਾਂ ਨੂੰ ਮਿਲਾਦਾ ਮੇਰੇ ਕੋਲ ਸਾਰੇ ਨੰਬਰ ਆ ਜਾਣਗੇ ਤੇ ਉਹਨਾਂ ਨੰਬਰਾਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ ਰੀਅਲ ਨੰਬਰ ਕਹਿੰਦੇ ਹਾਂ ਰੀਅਲ ਨੰਬਰ ਦੇ ਵਿੱਚ ਨਾ ਸਾਰੇ ਨੰਬਰ ਇਨਕਲੂਡਡ ਹੁੰਦੇ ਨੇ ਸਾਰੇ ਹੋਲ ਨ ਇੱਕ ਮਿੰਟ ਮੇਰੇ ਕੋਲ ਡਾਇਗਰਾਮ ਹੈ ਮੈਂ ਉਹਦੋਂ ਤੁਹਾਨੂੰ ਰਿਪਰਜੈਂਟ ਕਰਨ ਦੀ ਕੋਸ਼ਿਸ਼ ਕਰਦੀ ਹਾਂ ਯੈਸ ਆਹ ਤੁਹਾਨੂੰ ਕੋ ਰੀਅਲ ਨੰਬਰ ਦੇ ਇੱਕ ਡਾਇਗਰਾਮ ਤੁਹਾਨੂੰ ਨਜ਼ਰ ਆ ਰਿਹਾ ਇੱਥੇ ਇਸ ਦੇ ਨਾਲ ਆਪਾਂ ਇਹਨੂੰ ਸਮਝ ਗਏ ਆ ਦੇਖੋ ਰੀਅਲ ਨੰਬਰ ਮੈਂ ਤੁਹਾਨੂੰ ਦੱਸਿਆ ਸੀ ਰੈਸ਼ਨਲ ਤੇ ਇਰੈਸ਼ਨਲ ਨੂੰ ਮਿਲਾ ਕੇ ਬਣਦਾ ਹੈ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਰੀਅਲ ਨੰਬਰ ਦੇ ਦੋ ਪਾਰਟਸ ਹੁੰਦੇ ਨੇ ਕਿਹੜੇ ਕਿਹੜੇ ਦੋ ਪਾਰਟਸ ਹੁੰਦੇ ਨੇ ਇੱਕ ਹੁੰਦਾ ਇਰੈਸ਼ਨਲ ਇੱਕ ਹੁੰਦਾ ਰੈਸ਼ਨਲ ਠੀਕ ਹੈ ਜਿਵੇਂ ਮੈਂ ਤੁਹਾਨੂੰ ਇਸ ਤਰੀਕੇ ਨਾਲ ਕਹਿ ਦਵਾਂ ਕੀ ਰੀਅਲ ਨੰਬਰ ਹੈ ਇਹਦੇ ਦੋ ਪਾਰਟਸ ਹੁੰਦੇ ਹਨ ਰੈਸ਼ਨਲ ਤੇ ਸੈਕੰਡ ਪਾਰਟ ਹੁੰਦਾ ਹੈ ਇਰੈਸ਼ਨਲ ਕੁਛ ਇਸ ਤਰੀਕੇ ਨਾਲ ਠੀਕ ਹੈ ਹੁਣ ਇਰੈਸ਼ਨਲ ਤਾਂ ਬਿਲਕੁਲ ਅਲੱਗ ਜਾ ਆ ਗਿਆ ਅਲੱਗ ਜਾ ਕਿਉਂ ਆ ਗਿਆ ਕਿਉਂਕਿ ਇਹਦੇ ਵਿੱਚ ਉਹ ਸਾਰੇ ਨੰਬਰ ਆ ਗਏ ਜਿਨੂੰ ਮੈਂ ਪੀ ਬਾਈ ਕਿਓ ਦੀ ਫਾਰਮ ਚ ਨਹੀਂ ਲਿਖ ਸਕਦੇ ਕਿਹੜੇ ਕਿਹੜੇ ਨੰਬਰਸ ਆਪਾਂ ਦੇਖੇ ਸੀ ਜਿਵੇਂ ਪਾਈ ਹੋ ਗਿਆ ਸਕੁਅਰ ਰੂਟ 2 ਹੋ ਗਿਆ ਸਕੁਅਰ ਰੂਟ 3 ਹੋ ਗਿਆ 5 ਹੋ ਗਿਆ ਇਸ ਤਰੀਕੇ ਨਾਲ ਠੀਕ ਹੈ ਉਸ ਤੋਂ ਬਾਅਦ ਆਉਂਦੇ ਨੇ ਰੈਸ਼ਨਲ ਨੰਬਰ ਸੋ ਇਹ ਜੋ ਪੂਰਾ ਦਾ ਪੂਰਾ ਡਾਇਗਰਾਮ ਹੈ ਸਾਨੂੰ ਕਿਹਦਾ ਨਜ਼ਰ ਆ ਰਿਹਾ ਰੈਸ਼ਨਲ ਨੰਬਰ ਦਾ ਨਜ਼ਰ ਆ ਰਿਹਾ ਠੀਕ ਹੈ ਹੁਣ ਰੈਸ਼ਨਲ ਨੰਬਰ ਦੇ ਵਿੱਚ ਜੋ ਆਪਾਂ ਟਾਈਪਸ ਕੀਤੇ ਨੇ ਸਾਰੀਆਂ ਨੇ ਸਾਰੀਆਂ ਇਨਕਲੂਡ ਹੁੰਦੀਆਂ ਨੇ ਕਿਵੇਂ ਰੈਸ਼ਨਲ ਨੰਬਰ ਦੇ ਵਿੱਚ ਕੀ ਆਉਂਦੇ ਆ ਉਹ ਸਾਰੇ ਨੰਬਰ ਆਉਂਦੇ ਆ ਜਿਨ੍ਹਾਂ ਨੂੰ ਮੈਂ ਪਾਈ ਕਿਉ ਦੇ ਫਾਰਮ ਦੇ ਵਿੱਚ ਲਿਖ ਸਕਦੀਆਂ ਹੁਣ ਪਾਈ ਕਿਉ ਦੇ ਫਾਰਮ ਦੇ ਵਿੱਚ ਮੈਂ ਇਹਨੂੰ ਵੀ ਲਿਖ ਸਕਦੀਆਂ ਦੇਖੋ ਅੱਛਾ ਬਾਰ ਵਾਲਾ ਬਿਲਕੁਲ ਉਹੀ ਕਨਸੈਪਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਕਿ 1/3 ਦੀ ਬਾਰ ਇੱਥੇ ਤੁਹਾਨੂੰ ਐਗਜ਼ਾਮਪਲ ਦੇ ਵਿੱਚ ਨਜ਼ਰ ਆ ਰਿਹਾ ਇਹਦਾ ਮਤਲਬ ਇਹ ਹੈ ਕਿ ਮੈਂ 3 ਇਹਨੂੰ ਇਨ ਨੂੰ ਮੈਂ ਲਿਖ ਸਕਦੀ ਹਾਂ 3 3 3 3 ਅਪ ਟੂ ਸੋਨ ਤੇ ਕਿਹਦੀ ਫਾਰਮ ਦੇ ਵਿੱਚ ਆਏਗਾ ਰੈਸ਼ੀਅਲ ਨੰਬਰ ਦੀ ਹੀ ਫਾਰਮ ਦੇ ਵਿੱਚ ਆਏਗਾ ਠੀਕ ਹੈ ਬਟ ਅਗਰ ਮੇਰੇ ਕੋਲ ਕੁਝ ਇਸ ਤਰ੍ਹਾਂ ਕੇ ਰੈਸ਼ੀਅਲ ਨੰਬਰ ਹੁੰਦਾ ਜਿਦੇ ਵਿੱਚ ਕੋਈ ਵੀ ਰਿਪੀਟਿਸ਼ਨ ਨਹੀਂ ਹੁੰਦੀ ਫੋਰ ਐਗਜ਼ਾਮਪਲ ਮੈਂ ਇੱਥੇ ਨੰਬਰ ਨੂੰ ਥੋੜਾ ਚੇਂਜ ਕਰ ਦੇਣੀ ਆ 1 4 3 5 4 ਇਸ ਤਰੀਕੇ ਨਾਲ ਅਪ ਟੂ ਸੋਨ ਕੋਈ ਰਿਪੀਟਿਸ਼ਨ ਨਹੀਂ ਹੋ ਰਹੀ ਤਾਂ ਇਹ ਨੰਬਰ ਮੇਰੇ ਕੋਲ ਕੀ ਆਏਗਾ ਜੀ ਇਰੈਸ਼ੀਅਲ ਆਏਗਾ ਕਲੀਅਰ ਤਾਂ ਬਿਲਕੁਲ ਇਸ ਚੀਜ਼ ਨੂੰ ਤੁਸੀਂ ਸਮਝ ਗਏ ਹੋਵੋਗੇ ਰੈਸ਼ਨਲ ਨੰਬਰ ਦੇ ਵਿੱਚ ਸਾਰੇ ਨੰਬਰ ਇਨਕਲੂਡਡ ਹੁੰਦੇ ਆ 네ਗੇਟਿਵ ਹੋਣ ਪੋਜ਼ਿਟਿਵ ਹੋਣ ਠੀਕ ਹੈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਵਾਰ ਵਾਲੇ ਹੋਣ ਜਾਂ ਫਿਰ ਡੈਸ਼ਮਲਵ ਵੀ ਜਿਨੂੰ ਆਪਾਂ ਕਹ ਦਿੰਨੇ ਆ ਡੈਸ਼ਮਲ ਆਪਾਂ ਪੜ੍ਹ ਕੇ ਆਇਆ ਉਹ ਚੀਜ਼ ਵੀ ਇਹਦੇ ਵਿੱਚ ਇਨਕਲੂਡ ਹੁੰਦੇ ਹੁਣ ਦੇਖੋ ਰੈਸ਼ਨਲ ਨੰਬਰ ਦੇ ਅੰਦਰ ਇੱਕ ਪਾਰਟ ਨਜ਼ਰ ਆ ਰਿਹਾ ਤੁਹਾਨੂੰ ਇੰਟੀਜਰ ਇੰਟੀਜਰ ਕਿਹੜੇ ਨੰਬਰ ਹੁੰਦੇ ਆ ਆਪਣੇ ਕੋਲੇ ਪ੍ਰੀਵੀਅਸ ਵੀਡੀਓ ਚ ਦੇਖਿਆ ਸੀ ਇੰਟੀਜਰ ਹੁੰਦੇ ਆ ਸਾਰੇ ਦੇ ਸਾਰੇ 네ਗੇਟਿਵ ਨੰਬਰ 0 ਤੇ ਸਾਰੇ ਦੇ ਸਾਰੇ ਪੋਜ਼ਿਟਿਵ ਨੰਬਰ ਜਿਵੇਂ ਕਿ -5 ਲੈ ਲਓ -5 5 0 1 ਇਹ ਸਾਰੇ ਦੇ ਸਾਰੇ ਕੀ ਹੁੰਦੇ ਆ ਇੰਟੀਜਰ ਹੁੰਦੇ ਆ ਹੁਣ ਇਹ ਵੀ ਤੁਹਾਨੂੰ ਕਲੀਅਰ ਹੋ ਗਿਆ ਚੰਗੀ ਤਰ੍ਹਾਂ ਕਿ ਜੇ ਮੈਂ ਇਹਨਾਂ ਦੇ نیچے ਬਾਈਵਲ ਲਗਾਦਾ ਮੈਨੂੰ ਕੋਈ ਫਰਕ ਨਹੀਂ ਪੈਣ ਵਾਲਾ ਇਹ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਆ ਆਪਾਂ ਤੇ ਜੇਕਰ ਮੈਂ ਇਹਨਾਂ ਦੇ نیچے ਬਾਈਵਲ ਲਗਾਦਾ ਤੇ ਮੈਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਤਾਂ ਮੇਰੇ ਕੋਲੇ ਸਾਰੇ ਦੇ ਸਾਰੇ ਨੰਬਰ ਕੀ ਬਣ ਗਏ ਰੈਸ਼ੀਅਲ ਨੰਬਰ ਬਣ ਗਏ ਮਤਲਬ ਮੈਂ ਕਹਿ ਸਕਦੀ ਹਾਂ ਸਾਰੇ ਦੇ ਸਾਰੇ ਇੰਟੀਜਰ ਉਹ ਨੰਬਰ ਜਿਹੜਾ ਇੰਟੀਜਰ ਹੁੰਦਾ ਹੈ ਉਹ ਨੰਬਰ ਕੀ ਹੋਏਗਾ ਰੈਸ਼ੀਨਲ ਵੀ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਇੰਟੀਜਰ ਕੀ ਦਾ ਪਾਰਟ ਹੈ ਰੈਸ਼ੀਨਲ ਦਾ ਹੀ ਤਾਂ ਪਾਰਟ ਹੈ ਠੀਕ ਹੈ ਜੇਕਰ ਕੋਈ ਨੰਬਰ ਇੰਟੀਜਰ ਹੈ ਤਾਂ ਉਹ ਰੈਸ਼ੀਨਲ ਨੰਬਰ ਹੋਏਗਾ ਹੀ ਹੋਏਗਾ ਪਰ ਇਹ ਜ਼ਰੂਰੀ ਨਹੀਂ ਕਿ ਜਿਹੜਾ ਨੰਬਰ ਰੈਸ਼ੀਨਲ ਹੈ ਉਹ ਇੰਟੀਜਰ ਹੋਵੇ ਜਿਵੇਂ ਕਿ ਮੈਂ -4/3 ਲੈ ਲਾ -4/3 ਮੇਰੇ ਕੋ ਰੈਸ਼ੀਨਲ ਹੈ ਪਰ ਕਿਉਂ ਇੰਟੀਜਰ ਹੈ ਨਹੀਂ ਹੈ ਕਿਉਂ ਹੈ ਕਿਉਂ ਕਿਉਂ ਨਹੀਂ ਹੈ ਸੋਰੀ ਕਿਉਂਕਿ ਇਹਦੇ ਵਿੱਚ ਇਹ ਬਾਈ ਦੀ ਫਾਰਮ ਚ ਹੈ ਜਦਕਿ ਇੰਟੀਜਰ b ਗਾ p y ਕਿਉ ਦੀ ਫਾਰਮ ਦੇ ਵਿੱਚ ਨਹੀਂ ਹੁੰਦੇ ਅੱਗੇ ਅਗਰ ਆਪਾਂ ਗੱਲ ਕਰੀਏ ਇੰਟੀਜਰਸ ਦੇ ਵਿੱਚ ਕੀ ਆਪ ਦਿਖ ਰਹੇ ਨੇ ਤੁਹਾਨੂੰ ਹਾਲ ਨੰਬਰ ਦਿਖ ਰਹੇ ਨੇ ਹੁਣ ਹਾਲ ਨੰਬਰ ਕੀ ਹੁੰਦੇ ਨੇ ਹਾਲ ਨੰਬਰ ਆਪਾਂ ਦੇਖਿਆ ਸੀ ਜ਼ੀਰੋ ਤੋਂ ਲੈ ਕੇ ਸਟਾਰਟ ਹੁੰਦੇ ਨੇ 1 2 3 ਅਪ ਟੂ ਸੋਨ ਇਨਫਿਨਾਈਟ ਦੱਕ ਹੁੰਦੇ ਨੇ ਇਨਫਿਨਾਈਟ ਮਤਲਬ ਮੈਨੂੰ ਨਹੀਂ ਬਹੁਤ ਕਦੇ ਖਤਮ ਨਹੀਂ ਹੁੰਦੀ ਜਿਹੜੀ ਠੀਕ ਹੈ ਇਨਫਿਨਾਈਟ ਨੰਬਰਸ ਹੁੰਦੇ ਨੇ ਹਾਲ ਨੰਬਰਸ ਠੀਕ ਹੈ ਔਰ 0 ਤੋਂ ਹੀ سٹارٹ ਹੁੰਦੇ ਨੇ ਹੁਣ ਇੱਥੇ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਏਗੀ ਕਿ ਮੈਂ ਦੇਖਾਂ ਤਾਂ ਇਹ ਕਿਤਨੇ ਕਿਤੇ ਸਾਰੇ ਇੰਟੀਜਰ ਵੀ ਤਾਂ ਹੈਗੇ ਨੇ ਜਿਵੇਂ ਸਿਰਫ ਪੋਜ਼ਿਟਿਵ ਇੰਟੀਜਰ ਚੱਕ ਲਾਂ ਤਾਂ ਇਹ ਸਾਰੇ ਦੇ ਸਾਰੇ ਇੰਟੀਜਰ ਵੀ ਤਾਂ ਹੈਗੇ ਨੇ ਇੰਟੀਜਰਸ ਦੇ ਵਿੱਚ 0 ਵੀ ਆਉਂਦਾ ਹੈ ਬਿਲਕੁਲ ਆਉਂਦਾ ਹੈ ਇੰਟੀਜਰਸ ਦੇ ਵਿੱਚ 1 2 3 4 9 9 9 1 8 7 ਕੁਝ ਵੀ ਲੈ ਲਓ ਸਾਰੇ ਨੰਬਰਸ ਆਉਂਦੇ ਨੇ ਸਿਰਫ ਕਿਹੜੇ ਨੰਬਰਸ 네ਗੇਟਿਵ ਨੰਬਰਸ ਨੇ ਜੋ ਬਾਹਰ रह ਜਾਂਦੇ ਨੇ ਆਦਰਵਾਇਜ਼ ਸਾਰੇ ਨੰਬਰ ਜਿਹੜੇ ਵੀ ਸਾਰੇ ਹੋਲ ਨੰਬਰ ਹੁੰਦੇ ਨੇ ਉਹ ਇੰਟੀਜਰ ਹੁੰਦੇ ਹੀ ਹੁੰਦੇ ਨੇ ਕੋਈ ਵੀ ਐਦਾ ਦਾ ਨੰਬਰ ਲੈ ਲਓ 5 ਲੈ ਲਓ 7 ਲੈ ਲਓ ਇਹ ਇੰਟੀਜਰ ਵੀ ਹੈ ਹੋਲ ਨੰਬਰ ਵੀ ਹੈ ਤੇ ਨਾਲ ਨਾਲ ਇਹ 1 ਬਾਈਵਨ ਲਗਾ ਦੂੰਗੀ ਤਾਂ ਇਹ ਰੈਸ਼ੀਅਲ ਨੰਬਰ ਵੀ ਹੈ ਠੀਕ ਹੈ ਤੇ ਸਿੰਪਲ ਕਹੂੰਗੀ ਕਿ ਸਾਰੇ ਦੇ ਸਾਰੇ ਹੋਲ ਨੰਬਰ ਇੰਟੀਜਰਸ ਵੀ ਹੁੰਦੇ ਨੇ ਤੇ ਰੈਸ਼ੀਅਲ ਨੰਬਰ ਵੀ ਹੁੰਦੇ ਨੇ ਤੇ ਸਾਰੇ ਦੇ ਸਾਰੇ ਇੰਟੀਜਰਸ ਰੈਸ਼ੀਅਲ ਨੰਬਰ ਹੁੰਦੇ ਨੇ ਠੀਕ ਹੈ ਪਰ ਜੇ ਮੈਂ ਕਹਾਂ ਕਿ ਸਾਰੇ ਇੰਟੀਜਰ ਹੋਲ ਨੰਬਰ ਹੁੰਦੇ ਨੇ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਨੈਗੇਟਿਵ ਨੰਬਰਸ ਵੀ ਨੇ ਮੈਂ -5 ਲਵਾਂਗੀ ਤਾਂ ਜ਼ਰੂਰੀ ਨਹੀਂ ਨਾ ਕਿ -5 ਹੌਲ ਨੰਬਰ ਦੇ ਵਿੱਚ ਆਵੇ ਬਿਲਕੁਲ ਨਹੀਂ ਆਉਂਦਾ ਕਿਉਂਕਿ ਉਹ ਸਾਰੇ ਪੋਜ਼ਿਟਿਵ ਹੁੰਦੇ ਨੇ ਤੇ ਇੰਟੀਜਰ ਨੈਗੇਟਿਵ ਵੀ ਹੁੰਦੇ ਨੇ ਉਮੀ ਸਾਰੀ ਚੀਜ਼ ਆਪਾਂ ਰੈਸ਼ੀਨਲ ਵਾਸਤੇ ਵੀ ਦੇਖਦੇ ਹਾਂ ਠੀਕ ਹੈ ਤਾਂ ਇਥੋਂ ਇੱਕ ਚੀਜ਼ ਕਲੀਅਰ ਹੋ ਗਈ ਹੋਗੀ ਇਹ ਡਾਇਗ੍ਰam ਤੋਂ ਕਿ ਸਾਰੇ ਨੈਚੁਰਲ ਨੰਬਰ ਹੌਲ ਹੋਣਗੇ ਸਾਰੇ ਹੌਲ ਨੰਬਰ ਆਪਣੇ ਕੋਲ ਕੀ ਹੋਣਗੇ ਇੰਟੀਜਰ ਹੋਣਗੇ ਔਰ ਸਾਰੇ ਇੰਟੀਜਰ ਆਪਣੇ ਕੋਲ ਕੀ ਹੋਣਗੇ ਰੈਸ਼ੀਨਲ ਨੰਬਰ ਹੋਣਗੇ ਅਗਰ ਕੋਈ ਨੰਬਰ ਨੈਚੁਰਲ ਹੈ ਤਾਂ ਉਹ ਰੈਸ਼ੀਨਲ ਵੀ ਹੋਏਗਾ ਅਗਰ ਕੋਈ ਨੰਬਰ ਨੈਚੁਰਲ ਹੈ ਉਹ ਇੰਟੀਜਰ ਵੀ ਹੋਏਗਾ ਅਗਰ ਕੋਈ ਨੰਬਰ ਨੈਚੁਰਲ ਆ ਉਹ ਹੋਲ ਵੀ ਹੋਏਗਾ ਠੀਕ ਹੈ ਬਟ ਉਲਟ ਹੋਵੇ ਜ਼ਰੂਰੀ ਨਹੀਂ ਤਾਂ ਇਸ ਚੀਜ਼ ਨੂੰ ਧਿਆਨ ਨਾਲ ਦੇਖਿਓ ਸਮਝਿਓ ਤੇ ਕਰਿਓ ਇਹ ਪੂਰਾ ਤਾਂ ਪੂਰਾ ਰੀਅਲ ਡਾਇਗਰਾਮ ਸੀਗਾ ਰੀਅਲ ਨੰਬਰਸ ਸੀਗੇ ਇਹਦੇ ਵਿੱਚ ਠੀਕ ਹੈ ਹੁਣ ਜੇਕਰ ਇਹ ਸਾਰੇ ਨੰਬਰ ਮੈਂ ਲੈ ਲਾਂ ਠੀਕ ਹੈ ਸਿੰਪਲ ਸ਼ਬਦਾਂ ਵਿੱਚ ਮੈਂ ਕੀ ਕਹੂੰਗੀ ਕਿ ਰੀਅਲ ਨੰਬਰਸ ਕਿਹੜੇ ਹੁੰਦੇ ਨੇ ਉਹ ਨੰਬਰ ਜਿਹਦੇ ਵਿੱਚ ਪਾਈ ਵੀ ਹੁੰਦਾ ਹੈ ਜਿਹਦੇ ਵਿੱਚ -4/3 ਵੀ ਆਉਂਦਾ ਹੈ ਜਿਹਦੇ ਵਿੱਚ 1.3 ਵਾਰ ਵੀ ਆਉਂਦਾ ਹੈ 123 ਵੀ ਆਉਂਦਾ ਹੈ 0 ਵੀ ਆਉਂਦਾ ਹੈ 네ਗੇਟਿਵ ਨੰਬਰ ਵੀ ਆਉਂਦੇ ਨੇ ਉਹ ਸਾਰੇ ਨੰਬਰ ਕੀ ਹੁੰਦੇ ਨੇ ਰੀਅਲ ਨੰਬਰ ਹੁੰਦੇ ਨੇ ਇਹ ਸਾਰੀਆਂ ਦੀਆਂ ਟਾਈਪਸ ਆਉਂਦੀਆਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਉੱਪਰ ਇੱਕ ਹੋਰ ਚੀਜ਼ ਨਜ਼ਰ ਆ ਰਹੀ ਹੈ ਉਹ ਕੀ ਆ ਰਹੀ ਹੈ ਇਮੇਜਨਰੀ ਨੰਬਰ ਦੇਖੋ ਇਮੇਜਨਰੀ ਨੰਬਰ ਕੀ ਹੁੰਦੇ ਆ ਆਪਾਂ ਗੱਲ ਕਰ ਰਹੇ ਆ ਰੀਅਲ ਨੰਬਰ ਬਾਰੇ ਰੀਅਲ ਨੰਬਰ ਬਾਰੇ ਹੁਣ ਇੱਥੇ ਆ ਗਿਆ ਇਮੇਜినਰੀ ਨੰਬਰ ਦੇਖੋ ਇਮੇਜినਰੀ ਨੰਬਰ ਮੈਂ ਸਿੰਪਲ ਕਹਿ ਦੇਣੀ ਆ ਤੁਹਾਡੇ ਸਿਲੇਬਸ 'ਚ ਹੀ ਨਹੀਂ ਹੈ ਪੀਐਸ ਚਟ ਦੇ ਵਿੱਚ ਇਮੇਜినਰੀ ਨੰਬਰ ਨਹੀਂ ਹੈ ਬਟ ਇਸ ਨੂੰ ਦੱਸ ਦੇਣੀ ਆ ਜੋ ਨੰਬਰ ਰੀਅਲ ਨਹੀਂ ਹੁੰਦਾ ਉਹ ਨੰਬਰ ਇਮੇਜినਰੀ ਹੁੰਦਾ ਅਗਰ ਤੁਸੀਂ ਪਲਸ 1 ਦੇ ਵਿੱਚ ਮੈਥਮੈਟਿਕਸ ਕੀਤਾ ਤਾਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਕਲੀਅਰ ਹੋਏਗਾ ਕਿ ਇਮੇਜినਰੀ ਨੰਬਰ ਕੀ ਹੁੰਦਾ ਠੀਕ ਹੈ ਜੇਕਰ ਮੈਂ ਸਕੁਅਰ ਰੂਟ ਦੇ ਵਿੱਚ ਮਾਈਨਸ 1 ਲੈ ਲਾਂ ਤਾਂ ਇਹਨੂੰ ਮੈਂ ਕਿਸ ਤਰ੍ਹਾਂ ਕੇ ਨਾਲ ਰਿਪਰੈਜ਼ੈਂਟ ਕਰੂੰਗੀ ਆਇਓਟਾ ਦੇ ਨਾਲ ਰਿਪਰੈਜ਼ੈਂਟ ਕਰੂੰਗੀ ਸਿੰਬਲ ਹੁੰਦਾ ਜੀ iota ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਓ ਅਗਰ ਤੁਹਾਨੂੰ ਇਹਦੇ ਵਿੱਚ ਐਵੇਂ ਲੱਗ ਰਿਹਾ ਕਿ ਇਮੇਜਨਰੀ ਨੰਬਰ ਕੀ ਹੈ ਅਗਰ ਤੁਹਾਨੂੰ ਨਹੀਂ ਪਤਾ ਤਾਂ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਓ ਬਸ ਇਨਾ ਕੁ ਜ਼ਰੂਰ ਦੱਸੂਗੀ ਕਿ ਜਿਹੜੇ ਨੰਬਰ ਰੀਅਲ ਨਹੀਂ ਹੁੰਦੇ ਉਹ ਸਾਰੇ ਨੰਬਰ ਕੀ ਹੁੰਦੇ ਆ ਇਮੇਜਨਰੀ ਮਤਲਬ ਨਾਮ ਤੇ ਕਲੀਅਰ ਹੋ ਰਿਹਾ ਕਾਲਪਨਿਕ ਹੁੰਦੇ ਆ ਜੋ ਕਿਤਨੇ ਕਿਤੇ ਸ਼ਾਇਦ ਪੋਸੀਬਲ ਨਹੀਂ ਹੁੰਦੇ ਠੀਕ ਹੈ ਹੁਣ ਜਿਵੇਂ ਮੈਂ -1 ਤੋਂ ਗੱਲ ਕਰਾਂ -1 ਦਾ ਸਕੁਅਰ ਰੂਟ ਹੈ ਇਹ ਇੱਕ ਸਿੰਬਲ ਹੁੰਦਾ ਹੈ ਆਇਓਟਾ ਆਇਓਟਾ ਦੀ ਫਾਰਮ ਦੇ ਵਿੱਚ ਜਿੰਨੇ ਵੀ ਨੰਬਰਸ ਹੁੰਦੇ ਆ ਉਹ ਸਾਰੇ ਨੰਬਰਸ ਕੀ ਹੁੰਦੇ ਆ ਇਮੇਜਨਰੀ ਨੰਬਰਸ ਹੁੰਦੇ ਆ ਠੀਕ ਹੈ ਤੇ ਅਗਰ ਆਪਾਂ ਗੱਲ ਮੈਂ ਕਹਾਂ ਕਿ -4 ਆ ਗਿਆ √ ਦੇ ਵਿੱਚ ਤਾਂ ਮੈਂ ਇਹਨੂੰ ਕਹੂੰਗੀ 2 ਆਇਓਟਾ ਇਸ ਕੀ ਬਣ ਗਿਆ ਇਮੇਜਨਰੀ ਨੰਬਰ ਪਲੱਸ ਵਨ ਦਾ ਕਨਸੈਪਟ ਹੈ ਪੀਐਸਟੈਟ ਦੇ ਸਿਲੇਬਸ ਨਹੀਂ ਹੈ ਸੋ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਰਾਂਗੇ ਆਪਣਾ ਸਿਲੇਬਸ ਕੀ ਹੈ ਰੀਅਲ ਨੰਬਰ ਦਾ ਹੈ ਇਹ ਤੁਹਾਨੂੰ ਉਮੀਦ ਹੈ ਸਾਰਾ ਦਾ ਸਾਰਾ ਜੋ ਕਨਸੈਪਟੋ ਕਲੀਅਰ ਹੋ ਗਿਆ ਹੋਏਗਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ ਕੁਝ ਕੁਐਸ਼ਨਸ ਨੂੰ ਜਿਵੇਂ ਕਿ ਤੁਹਾਡੇ ਸਾਹਮਣੇ ਨੇ ਕਿ ਕਨਸੈਕਿਊਟਿਵ ਨੰਬਰਾਂ ਦਾ ਸਮ ਕਿਵੇਂ ਫਾਈਂਡ ਕਰਨਾ ਹੈ ਸਾਰਾ ਕੁਝ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਕੁਝ ਡਿਵੀਜ਼ਿਬਿਲਟੀ ਰੂਲਸ ਕਰਾਂਗੇ ਜਿਸ ਦੇ ਬਾਅਦ ਆਪਣਾ ਇਹ ਜੋ ਟੌਪਿਕ ਹੈ ਉਹ ਕੰਪਲੀਟ ਹੋ ਜਾਏਗਾ ਤੇ ਨਾਲ ਹੀ ਇਨਫਰਮੇਸ਼ਨ ਦੇ ਰਹੀਆਂ ਕਿ ਜੇਕਰ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਜੋ ਕੋਈ ਵੀ ਤੁਹਾਨੂੰ ਟੈਟ ਐਗਜ਼ਾਮ ਦੇ ਰਿਗਾਰਡਿੰਗ ਡਾਊਟ ਹੈ ਤਾਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਪਰ ਫੇਸਬੁੱਕ ਦੇ ਉੱਪਰ ਠੀਕ ਹੈ ਜੀ ਲਿੰਕ ਹਰ ਇੱਕ ਕੁਐਸਚਨ ਦਾ ਤੁਹਾਡਾ ਆਨਸਰ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇੰਸਟਾਗ੍ਰam ਦੇ ਉੱਪਰ ਫੇਸਬੁੱਕ ਪੇਜ ਦੇ ਉੱਪਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਆਪਣੇ ਡਾਊਟਸ ਵੀ ਪੁੱਛ ਸਕਦੇ ਹੋ ਠੀਕ ਹੈ ਲਿੰਕ ਹੈ ਜੋ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੇ ਨੇਮ ਵੀ ਤੁਹਾਡੇ ਸਾਹਮਣੇ ਹੈ psjet te c dot preparation ਫੇਸਬੁੱਕ ਪੇਜ ਦਾ ਨੇਮ ਹੈ psjet preparation ਤੇ ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਵੇਂ ਕਿ ਨੋਟਸ ਨੇ ਇਹ ਪੀਡੀਐਫ ਫੁੱਲ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਸੈਂਡ ਕਰ ਦਿੱਤੀ ਜਾਏਗੀ ਟੈਲੀਗ੍ਰam ਚੈਨਲਸ ਦੇ ਵਿੱਚ ਤਾਂ ਉਹ ਟੈਲੀਗ੍ਰam ਚੈਨਲ ਵੀ ਤੁਹਾਨੂੰ ਲਿੰਕ ਵੀ ਮਿਲ ਜਾਏਗਾ ਤੇ ਬਿਲਕੁਲ ਨੇਮ ਵੀ ਤੁਹਾਡੇ ਸਾਹਮਣੇ ਹੈ ਤੁਸੀਂ ਜਿਾਹੋ ਦਾ ਫੋਲੋ ਕਰ ਸਕਦੇ ਹੋ ਹੁਣ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਟੈਲੀਗ੍ਰਾਮ ਚੈਨਲ ਨੂੰ ਇੱਥੇ ਸਾਨੂੰ ਨੋਟਸ ਭੇਜੇ ਜਾਂਦੇ ਨੇ ਪੀਡੀਐਫਸ ਭੇਜੇ ਜਾਂਦੇ ਨੇ ਜੋ ਪੀਡੀਐਫ ਤੋਂ ਅੱਜ ਆਪਾਂ ਸਟੱਡੀ ਕੀਤੀ ਉਹ ਪੀਡੀਐਫ ਸਾਨੂੰ ਸੈਂਡ ਕਰ ਦਿੱਤੀ ਜਾਂਦੀ ਹੈ ਟੈਲੀਗ੍ਰਾਮ ਚੈਨਲ ਦੇ ਵਿੱਚ ਠੀਕ ਹੈ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਤੁਹਾਡੇ ਲਈ ਸਾਰਾ ਕੁਝ ਤੇ ਨਾਲ ਹੀ YouTube ਚੈਨਲ ਨੂੰ ਜਿਵੇਂ ਤੁਸੀਂ ਹੁਣ ਇਸ ਟਾਈਮ ਸਟੱਡੀ ਕਰ ਰਹੇ ਹੋ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਹੋਰ ਕੇ ਤੁਹਾਡੇ ਫਰੈਂਡਸ ਨੇ ਉਹ ਵੀ ਚੰਗੀ ਤਰ੍ਹਾਂ ਪ੍ਰਪਰੇਸ਼ਨ ਕਰ ਸਕਣ ਨਾਲ ਹੀ ਅਗਰ ਤੁਹਾਨੂੰ ਸਾਡੇ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਤੋਂ ਅਕੇ ਤੁਹਾਨੂੰ ਜੋ ਜੋ ਵੀ ਵੀਡੀਓਜ਼ ਆਣਗੀਆਂ ਉਹਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ ਤੇ ਤੁਹਾਡੀ ਪ੍ਰੈਪਰੇਸ਼ਨ ਬਿਲਕੁਲ ਟਾਈਮ ਟੂ ਟਾਈਮ ਚੰਗੇ ਤਰੀਕੇ ਨਾਲ ਹੁੰਦੀ ਰਹੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਫੋਲੋ ਕਰੋ ਸਾਨੂੰ ਤੇ ਆਪਣੇ ਡਾਊਟਸ ਪੁੱਛੋ ਤਾਂ ਕਿ ਅਸੀਂ ਤੁਹਾਡੇ ਕੁਐਸਚਨਸ ਨੂੰ ਸੁਣ ਸਕੀਏ ਸਮਝ ਸਕੀਏ ਤਾਂ ਉਹਨਾਂ ਨੂੰ ਸੋਲਵ ਵੀ ਕਰ ਸਕੀਏ ਠੀਕ ਹੈ ਔਰ ਕਮੈਂਟ ਸੈਕਸ਼ਨ ਦੇ ਵਿੱਚ ਵੀ ਅਗਰ ਤੁਸੀਂ ਚਾਹੋ ਤਾਂ ਆਪਣੇ ਕੁਐਸਚਨਸ ਨੂੰ ਪੁੱਟ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਇਸੇ ਟੌਪਿਕ ਨੂੰ ਕੰਟੀਨਿਊ ਕਰਾਂਗੇ ਕੁਝ ਕੁਐਸ਼ਨਸ ਨੂੰ ਦੇਖਾਂਗੇ ਡਿਵੀਜ਼ਿਬਿਲਟੀ ਰੂਲਸ ਨੂੰ ਦੇਖਾਂਗੇ ਠੀਕ ਹੈ ਤੇ ਕੋਸ਼ਿਸ਼ ਕਰਾਂਗੇ ਨਾਲ-ਨਾਲ ਕੁਝ ਟ੍ਰਿਕਸ ਕਰਨ ਦੀ ਨੈਕਸਟ ਵੀਡੀਓ ਦੇ ਵਿੱਚ ਕੰਟੀਨਿਊ ਕਰਾਂਗੇ ਅੱਜ ਲਈ ਬਸ ਇੰਨਾ ਹੀ ਥੈਂਕ ਯੂ